ਅਸਲਾਮ ਅਲੈਕਮ ਜੀ, ਮੈਂ ਰਾਣਾ ਇਜਾਜ਼ ਜੀ। ਮੇਰੇ ਵੱਲੋਂ ਸਾਰੇ ਦੋਸਤਾਂ ਨੂੰ, ਸਾਰੇ ਪਿਆਰ ਕਰਨ ਵਾਲਿਆਂ ਨੂੰ ਈਦ ਦੀਆਂ ਬਹੁਤ ਬਹੁਤ ਸਾਰੀਆਂ ਮੁਬਾਰਕਾਂ। ਅੱਲਾ ਪਾਕ ਤੁਹਾਡੀ ਜ਼ਿੰਦਗੀ 'ਚ ਸੁੱਖ ਰੱਖੇ, ਅੱਲਾ ਪਾਕ ਤੁਹਾਡੇ ਬੱਚਿਆਂ ਨੂੰ ਸਿਹਤ ਤੰਦਰੁਸਤੀ ਦੇਵੇ। ਤੁਸੀਂ ਦੁਨੀਆ 'ਚ ਜਿੱਥੇ ਜਿੱਥੇ ਵੀ ਵੱਸਦੇ ਹਾਂ, ਅੱਲਾ ਪਾਕ ਤੁਹਾਡੇ ਘਰਾਂ ਦੀ ਖੈਰ ਕਰੇ, ਤੁਹਾਡੀ ਫੈਮਲੀਆਂ ਦੀ ਖੈਰ ਕਰੇ। ਅੱਲਾ ਪਾਕ ਹਮੇਸ਼ਾ ਆਪਣੀ ਰਹਿਮਤ ਦੇ ਸਾਏ ਤੁਹਾਡੇ ਸਿਰ 'ਤੇ ਕਾਇਮ ਰੱਖੇ। ਅੱਜ ਈਦ ਦਾ ਦਿਨ ਸੀਗਾ ਅਤੇ ਅਸੀਂ ਸਭ ਲੋਕ ਤੁਹਾਡੇ ਕੋਲ ਇੱਥੇ ਇਕੱਠੇ ਹੋਏ। ਮੈਂ ਕਿਹਾ ਜੀ ਅੱਜ ਈਦ ਦਾ ਦਿਨ ਹੈ, ਇਸ ਵਾਸਤੇ ਮੈਂ ਰਾਇਆ ਸਾਹਿਬ ਨੂੰ, ਮੁਜਾਹਦ ਸਾਹਿਬ ਨੂੰ, ਦੁਰਮਟ ਸਾਹਿਬ ਨੂੰ ਕਿਹਾ ਕਿ ਤੁਸੀਂ ਆ ਜਾਓ ਜੀ। ਅਤੇ ਲਾਲਟੈਨ ਸਾਹਿਬ ਦਾ ਉਹ ਮਾਮਲਾ, ਕੁਛ ਉਹਨਾਂ ਦਾ ਕੋਈ ਫੌਤਗੀ ਹੋਈ ਹੈ ਅਤੇ ਉਹ ਉੱਧਰ ਗਏ ਨੇ, ਇਸ ਵਾਸਤੇ ਤੁਹਾਡੀ ਖਿਦਮਤ 'ਚ ਉਹ ਹਾਜ਼ਰ ਨਹੀਂ ਹੋ ਸਕੇ। ਬਾਕੀ ਅਸੀਂ ਜਿੰਨੇ ਲੋਕ ਹਾਂ, ਜਿੰਨੇ ਤੁਹਾਡੀ ਖਿਦਮਤ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਇੰਟਰਟੇਨ ਕਰਦੇ ਰਹੀਏ, ਅਤੇ ਅਸੀਂ ਤੁਹਾਡੇ ਸਾਹਮਣੇ ਹਾਜ਼ਰ ਹਾਂ ਅੱਜ ਈਦ ਦੇ ਦਿਨ। ਅੱਜ ਦਾ ਜਿਹੜਾ ਵੀਡੀਓ ਹੈ ਉਹਦੇ 'ਚ ਇਹ ਹੈ ਕਿ ਉਹ ਤੁਸੀਂ ਸ਼ੁਗਲ ਮੇਲਾ ਸਾਡਾ ਸਾਰਿਆਂ ਦਾ ਜਿਹੜਾ ਆ ਉਹ ਤਾਂ ਦੇਖਦੇ ਰਹਿੰਦੇ ਹਾਂ, ਲੇਕਿਨ ਅੱਜ ਮਾਮਲਾ ਕੁਛ ਇੱਦਾਂ ਦਾ ਹੋਇਆ ਕਿ ਅਸੀਂ ਕਿਹਾ ਨਹੀਂ ਯਾਰ, ਅਸਲ ਨੈਚੁਰਲ ਜੋ ਅਸੀਂ ਜਿੱਦਾਂ ਦੇ ਹੈਗੇ ਹਾਂ, ਜੋ ਸੋਚਦੇ ਹਾਂ, ਉੱਦਾਂ ਤੁਹਾਡੇ ਨਾਲ ਜਿਹੜੀਆਂ ਨਾ ਉਹ ਅਸੀਂ ਮਤਲਬ ਕਿ ਗੱਲਾਂ ਕਰੀਏ। ਸਾਡਾ ਜਿਹੜਾ ਇਹ ਸਫ਼ਰ ਹੈ, ਇਹ ਜਿਹੜਾ ਚੈਨਲ ਹੈ ਨਾ ਜਿੱਥੇ ਤੁਸੀਂ ਇਹ ਦੇਖ ਰਹੇ ਹਾਂ ਪ੍ਰੋਗਰਾਮ, ਇਹ ਬਣਾਇਆ ਤਾਂ ਮੈਂ 2008 'ਚ ਸੀ, ਲੇਕਿਨ ਇਹ ਹੋਇਆ ਕਿ ਉਸ ਤੋਂ ਬਾਅਦ ਉੱਥੇ ਵੀਡੀਓ ਸ਼ਿਡੀਓ ਨਹੀਂ ਸੀ ਅਸੀਂ ਰੱਖਦੇ ਹੁੰਦੇ, ਅਤੇ ਫਿਰ ਆ ਕੇ 2020 'ਚ ਅਤੇ ਅਸੀਂ ਇਹਨੂੰ ਜਿਹੜਾ ਆ ਉਹ ਸਟਾਰਟ ਲਿਆ, ਅਤੇ ਉਹ ਮੈਂ ਅਤੇ ਰਾਇਆ ਸਾਹਿਬ ਨੇ ਮਿਲ ਕੇ ਅਸੀਂ ਇਹਨਾਂ ਦੀਆਂ ਕਾਲਾਂ ਸ਼ੁਰੂ ਕੀਤੀਆਂ, ਅਤੇ ਜਿਹੜੇ ਦੋਸਤ ਉਦੋਂ ਦੇ ਮੇਰੇ ਨਾਲ ਨੇ, ਸਾਡਾ ਚੈਨਲ ਦੇਖ ਰਹੇ ਨੇ, ਹੁਣ ਤੱਕ ਮੁਹੱਬਤਾਂ ਦੇ ਰਹੇ ਨੇ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਫਿਰ ਇਹ ਆ ਕਿ ਥੋੜ੍ਹੇ ਹੀ ਚਿਰ ਬਾਅਦ ਇਸ ਟੀਮ 'ਚ ਮੁਜਾਹਦ ਸਾਹਿਬ ਸ਼ਾਮਿਲ ਹੋਏ, ਫਿਰ ਮਾਮਲਾ ਜਿਹੜਾ ਆ ਅੱਗੇ ਚੱਲਦਾ ਰਿਹਾ। ਉਹ ਮੁਜਾਹਦ ਸਾਹਿਬ ਦੀ ਇੰਟਰੀ ਹੋਈ ਅਤੇ ਫਿਰ ਉਹ ਜਿਹੜੀ ਦੇਗਾਂ ਵਾਲੀ ਕਾਲ ਸੀ ਪਾਈਆ ਮੁਰਗੇ ਵਾਲੀ, ਉਹ ਆਈ, ਅਤੇ ਉਹ ਕਰਦੇ ਕਰਦੇ ਅਸੀਂ ਫਿਰ ਤੁਹਾਡੀਆਂ ਮੁਹੱਬਤਾਂ ਮਿਲਦੀਆਂ ਰਹੀਆਂ, ਅਤੇ ਅਸੀਂ ਉਹਨੂੰ ਅੱਗੇ ਫਿਰ ਵੀਡੀਓ 'ਚ ਸ਼ਿਫਟ ਕੀਤਾ, ਅਤੇ ਉਹ ਫਿਰ ਤੁਸੀਂ ਲੋਕ ਪਸੰਦ ਕਰਦੇ ਰਹੇ। ਪਿਛਲੇ ਦਿਨਾਂ ਤੋਂ ਨਾ, ਥੋੜ੍ਹੇ ਦਿਨਾਂ ਤੋਂ ਮੈਨੂੰ ਇੱਕ ਗੱਲ ਪਤਾ ਲੱਗਣ ਡਈ ਹੈ, ਜਿਹਦੇ 'ਚ ਮੈਨੂੰ ਪਤਾ ਲੱਗਣ ਡਿਆ ਕਿ ਨਾ ਲੋਕ ਮੈਨੂੰ ਜਿਹੜੇ ਮਿਲਦੇ ਆ, ਮੈਸੇਜ ਵੀ ਇੱਦਾਂ ਦੇ ਆਉਂਦੇ ਆ, ਲੋਕ ਇਹ ਗੱਲ ਕਹਿੰਦੇ ਆ ਕਿ ਇਹ ਗੱਲ ਮੈਂ ਕਰ ਰਿਹਾ, ਕੁਛ 6 ਮਹੀਨੇ ਤੋਂ ਇੱਕ ਚੇਂਜ ਆ ਰਿਹਾ ਜਿਹ 'ਚ ਲੜਕੇ ਮੈਨੂੰ ਮਿਲਦੇ ਨੌਜਵਾਨ, ਉਹ ਕਹਿੰਦੇ ਭਾਅ ਜੀ ਤੁਹਾਡੀ ਵਜ੍ਹਾ ਤੋਂ ਨਾ ਅੱਬੂ ਸਾਡੇ ਬੜੇ ਖੁਸ਼ ਰਹਿੰਦੇ ਆ, ਭਾਅ ਜੀ ਅੰਮੀ ਤੁਹਾਡਾ ਨਾ ਸ਼ੋਅ ਦੇਖਦੇ ਨੇ। ਇਹ ਮੇਰੇ ਵਾਸਤੇ ਨਾ ਬਿਲਕੁਲ ਨਵੀਂ ਗੱਲ ਸੀ ਇੱਕ, ਕਿ ਯਾਰ ਮਤਲਬ ਕਿ ਅਸੀਂ ਉਹਨਾਂ ਵਾਸਤੇ ਸਕੂਨ ਦਾ ਬਾਇਸ ਬਣ ਰਹੇ ਹਾਂ, ਉਹਨਾਂ ਵਾਸਤੇ ਹੱਸਣ ਦਾ ਬਾਇਸ ਬਣ ਰਹੇ ਹਾਂ, ਜਿਸ ਉਮਰ 'ਚ ਬੱਚਿਆਂ ਕੋਲ ਵੀ ਟਾਈਮ ਨਹੀਂ ਹੁੰਦਾ ਮਾਂ ਬਾਪ ਕੋਲ ਬਹਿਣ ਦਾ, ਜਾਂ ਬੱਚੇ ਆਪਣੀ ਮਜ਼ਦੂਰੀਆਂ 'ਚ ਮਸਰੂਫ ਹੁੰਦੇ ਆ, ਅਤੇ ਉਹ ਜਿਹੜੇ ਉਮਰ ਰੱਸੀਦਾ ਲੋਕ ਸਾਡੇ ਬਾਬੇ ਨੇ, ਸਾਡੀਆਂ ਅੰਮੀ ਜੀਆਂ ਨੇ, ਉਹ ਫਿਰ ਇਹ ਹੈ ਕਿ ਜਾਂ ਲੈਦਾ ਕਮਰਾ ਹੁੰਦਾ ਹੈ ਜਾਂ ਕੋਈ ਮਾਮਲਾ ਹੁੰਦਾ ਜਿੱਥੇ ਕਿਤੇ ਨਾ ਕਿਤੇ ਤਨਹਾਈ ਦਾ ਅਹਿਸਾਸ ਜ਼ਰੂਰ ਹੁੰਦਾ ਹੈ, ਅਤੇ ਫਿਰ ਅਗਰ ਦੋਨਾਂ ਜੀਆਂ ਦੇ ਵਿੱਚੋਂ ਇੱਕ ਜੀ ਨਾਲ ਨਾ ਹੋਵੇ ਕਿਸੇ ਸੂਰਤ 'ਚ ਵੀ, ਅਤੇ ਫਿਰ ਉਹ ਤਨਹਾਈ ਜ਼ਿਆਦਾ ਫੀਲ ਹੁੰਦੀ ਹੈ। ਅਤੇ ਮੇਰੇ ਵਾਸਤੇ ਫਿਰ ਮੈਨੂੰ ਇੱਦਾਂ ਲੱਗਾ ਮੇਰੇ ਵਾਸਤੇ ਜ਼ਿੰਮੇਦਾਰੀ ਬਹੁਤ ਜ਼ਿਆਦਾ ਵੱਧ ਗਈ ਹੈ, ਕਿਉਂਕਿ ਮੈਂ ਉਹਨਾਂ ਲੋਕਾਂ ਵਾਸਤੇ ਕੰਮ ਕਰ ਰਿਹਾ ਕਿ ਜਿਹਨਾਂ ਲੋਕਾਂ ਦੇ ਕੋਲ ਲੋਕ ਨਹੀਂ ਬਹਿ ਰਹੇ, ਲੋਕ ਜਿਹਨਾਂ ਨੂੰ ਟਾਈਮ ਨਹੀਂ ਦੇ ਰਹੇ, ਅਤੇ ਫਿਰ ਉਹ ਅਗਰ
ਸਾਡੀਆਂ ਗੱਲਾਂ ਜਿਹੜੀਆਂ ਆ ਉਹ ਸੁਣ ਕੇ, ਸਾਡੀ ਸਾਰੀ ਟੀਮ ਦੀਆਂ ਗੱਲਾਂ ਸੁਣ ਕੇ ਅਗਰ ਉਹ ਹੱਸਦੇ ਨੇ ਤਾਂ ਫਿਰ ਇਹ ਸਾਡੇ 'ਤੇ ਰੱਬ ਦੀ ਰਹਿਮਤ ਆ ਕਿ ਅਸੀਂ ਉਹਨਾਂ ਵਾਸਤੇ ਜਿਹੜਾ ਇਹ ਹੈ ਕਿ ਇੱਕ ਸਕੂਨ ਦਾ ਬਾਇਸ ਬਣ ਰਹੇ ਹਾਂ। ਬਾਕੀ ਅੱਗੇ ਹੁਣ ਤੁਹਾਡੇ ਨਾਲ ਰਾਏ ਸਾਹਿਬ ਗੱਲ ਕਰਨਗੇ ਜੀ। ਜੀ ਅਸਲਾਮ ਜੀ। ਅੱਛਾ, ਸਭ ਤੋਂ ਪਹਿਲੇ ਤਾਂ ਮੇਰੇ ਸਾਰੇ ਬਜ਼ੁਰਗਾਂ ਨੂੰ, ਮੇਰੇ ਵੀਰਾਂ ਨੂੰ, ਮੇਰੀਆਂ ਭੈਣਾਂ ਨੂੰ, ਮਾਵਾਂ ਨੂੰ, ਸਭ ਨੂੰ ਮੇਰੇ ਵੱਲੋਂ ਬਹੁਤ ਸਾਰੀ ਢੇਰੀ ਮੁਬਾਰਕ ਹੋਵੇ। ਅਤੇ ਅੱਜ ਮੈਨੂੰ ਬੜਾ ਅੱਛਾ ਲੱਗਾ ਕਿ ਅੱਜ ਅਸੀਂ ਰੂਟੀਨ ਤੋਂ ਹਟ ਕੇ ਤੁਹਾਡੇ ਅੱਗੇ ਪ੍ਰੋਗਰਾਮ ਰੱਖਿਆ। ਅਤੇ ਜਿਸ ਤਰ੍ਹਾਂ ਨਾਲ ਸਭ ਗੱਲ ਕਰ ਰਹੇ ਸੀਗੇ ਕਿ ਸਾਡੇ ਨਾਲ ਕੁਛ ਤਜਰਬਾਤ ਹੋ ਰਹੇ ਆ, ਇਹ ਤਜਰਬਾਤ ਰਾਣਾ ਸਾਹਿਬ ਤੁਹਾਡੇ ਨਾਲ ਹੀ ਨਹੀਂ ਸਾਡੇ ਨਾਲ ਵੀ ਹੋ ਰਹੇ ਆ। ਹਾਂਜੀ, ਮਤਲਬ ਲੋਕ ਅਗਰ ਜੇ ਸਾਨੂੰ ਵੀ ਮਿਲਦੇ ਨੇ ਨਾ ਤਾਂ ਉਹ ਮਿਲ ਕੇ ਮਜਾਜ ਸਾਹਿਬ ਸਾਨੂੰ ਇਹੀ ਗੱਲ ਕਹਿ ਰਹੇ ਹੁੰਦੇ ਆ ਕਿ ਯਾਰ ਤੁਹਾਡਾ ਪ੍ਰੋਗਰਾਮ ਅਸੀਂ ਬੈਠ ਕੇ ਪੂਰੀ ਫੈਮਿਲੀ ਦੇ ਨਾਲ ਦੇਖੀਦਾ ਅਤੇ ਬੜਾ ਮਜ਼ਾ ਆਉਂਦਾ। ਜਿਹਦਾ ਰੀਸੈਂਟਲੀ ਇੱਕ ਵਾਕਿਆ ਪਰਸੋਂ ਰਾਤੀ ਹੋਇਆ ਕਿ ਮੈਂ ਬੈਕਰੀ ਤੋਂ ਕੁਛ ਸਮਾਨ ਲੈਣਾ ਸੀ, ਮੈਂ ਉੱਥੇ ਖਲੋਤਾ ਅਤੇ ਇੱਕ ਫੈਮਿਲੀ ਬਾਹਰ ਵੇਟ ਕਰ ਰਹੀ ਸੀ ਬਕਾਇਦਾ। ਖੈਰ, ਉਹਨਾਂ 'ਚ ਇੱਕ ਮਾਂ ਜੀ ਸਨ, ਮੈਂ ਉਹਨਾਂ ਦਾ ਬੜਾ ਸ਼ੁਕਰਗੁਜ਼ਾਰ। ਉਹਨਾਂ ਨੇ ਇੱਕ ਗੱਲ ਮੈਨੂੰ ਪੈਂਦੇ ਸਿੱਟੇ ਪਹਿਲੇ ਉਹਨਾਂ ਨੇ ਪਿਆਰ ਦਿੱਤਾ ਅਤੇ ਫਿਰ ਮੈਨੂੰ ਇੱਕ ਗੱਲ ਕੀਤੀ ਕਿ ਰਾਣਾ ਸਾਹਿਬ ਨੂੰ ਮੇਰਾ ਪਿਆਰ ਦੇਣਾ ਅਤੇ ਉਹਨਾਂ ਨੂੰ ਕਹਿਣਾ ਕਿ ਮੈਨੂੰ ਡਿਪਰੈਸ਼ਨ ਸੀਗਾ ਬੜੀ ਦੇਰ ਤੋਂ, ਅਤੇ ਮੈਂ ਤੁਹਾਡੀ ਵਜ੍ਹਾ ਤੋਂ ਹੱਸਣ ਲੱਗ ਪਈ ਹਾਂ ਅਤੇ ਕਿਤੇ ਆਪਣਾ ਮੁਖੜਾ ਸਾਡੇ ਮੁਹੱਲੇ ਆ ਕੇ ਵੀ ਦਿਖਾ ਦਿਓ। ਮਤਲਬ ਕਿ ਸਾਡੇ ਵਾਸਤੇ ਬੜੇ ਓਨਰ ਦੀ ਗੱਲ ਆ। ਮੈਂ ਬੜਾ ਸ਼ੁਕਰਗੁਜ਼ਾਰ ਹਾਂ ਉਸ ਰੱਬ ਤੋਂ ਬਾਅਦ ਤੁਹਾਡਾ ਵੀ ਕਿ ਤੁਸੀਂ ਸਾਨੂੰ ਆਪਣੀ ਫੈਮਿਲੀ ਦੇ ਵਿੱਚ ਰੱਖਿਆ। ਸਾਡਾ ਵੀਡੀਓ ਜਾਂ ਸਾਡੀ ਗੱਲਬਾਤ ਇੱਕ ਫੈਮਿਲੀ ਦੇ ਕ੍ਰਾਈਟੇਰੀਏ ਤੋਂ ਬਾਹਰ ਨਹੀਂ ਗਈ। ਜੀ 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 ਜੀ। ਅਤੇ ਜਦਕਿ ਲੋਕ ਗਵਾ ਜਾਂਦੇ ਨੇ, ਵਕਤ ਦੇ ਨਾਲ ਗਵਾ ਜਾਂਦੇ ਨੇ, ਲੇਕਿਨ ਰਾਣਾ ਸਾਹਿਬ ਕੋਲੋਂ ਸਬਕ ਇਹੀ ਮਿਲਿਆ ਕਿ ਆਪਣਾ ਅਸਲ ਜਿਹੜਾ ਉਹ ਹੀ ਐਂਡ ਤੱਕ ਹੋਣਾ ਚਾਹੀਦਾ ਅਤੇ ਉਹਦੇ ਵਿੱਚ ਹੀ ਅਸੀਂ ਕਾਇਮ ਹੈਗੇ ਹਾਂ। ਤੁਹਾਡੇ ਜੁੜੇ ਰਹਿਣ ਦਾ ਸ਼ੁਕਰੀਆ ਅਦਾ ਕਰਨ ਵਾਸਤੇ ਮੇਰੇ ਕੋਲ ਅਲਫਾਜ਼ ਨਹੀਂ ਹੈਗੇ। ਉਹ ਦਿਨ ਵੀ ਮੈਨੂੰ ਯਾਦ ਆ ਜਦੋਂ ਅਸੀਂ ਰਾਣਾ ਸਾਹਿਬ ਆਪਾਂ ਕਾਲ ਸਟਾਰਟ ਕੀਤੀ ਅਤੇ ਆਪਾਂ ਇਹ ਦੇਖਦੇ ਸੀਗੇ ਕਿ ਯਾਰ ਐਡੇ ਐਡੇ ਚੈਨਲ ਇੱਥੇ ਵਜੂਦ ਦੇ ਵਿੱਚ ਹੈਗੇ ਨੇ ਅਤੇ ਸਾਡਾ ਕੀ ਬਣੇਗਾ। ਲੇਕਿਨ ਉਹ ਅੱਲਾ ਪਾਕ ਨੇ ਕਰਮ ਇਹ ਕੀਤਾ ਕਿ ਤੁਹਾਡੇ ਜ਼ਰੀਏ ਸਾਡਾ ਜਿਹੜਾ ਉਹ ਬਹੁਤ ਸਪੀਡ ਦੇ ਨਾਲ ਜਿਹੜਾ ਸਾਡੀ ਫਲੈਟ ਜਾਂਦੀ ਰਹੀ ਅਤੇ ਤੁਹਾਡੇ ਵੱਲੋਂ ਪਿਆਰ ਮਿਲਦਾ ਰਿਹਾ। ਇਸ ਪਿਆਰ ਦੇ ਕਾਰਵਾਂ ਦੇ ਵਿੱਚ ਮੁਜਾਜ ਸਾਹਿਬ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ। ਮੁਜਾਜ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਆ ਕੇ ਸਾਡੇ ਇਸ ਪਿਆਰ ਨੂੰ ਹੋਰ ਗਾਂਹ ਲੈ ਕੇ ਤੁਰੇ। ਜਿੰਨੇ ਵੀ ਲੋਕ ਸਾਡੇ ਨਾਲ ਸ਼ਾਮਿਲ ਹੋਏ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਅਤੇ ਉਹ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਤੁਸੀਂ ਉਹਨਾਂ ਨੂੰ ਕਬੂਲਿਆ। ਮੇਰਾ ਖਿਆਲ ਆ ਕਿ ਸਾਡਾ ਹਮੇਸ਼ਾ ਹੀ ਟਾਰਗੇਟ ਜਿਹੜਾ ਉਹ ਤੁਹਾਡੀਆਂ ਤੁਹਾਡੀ ਮੁਸਕਰਾਹਟ ਵੱਲ ਰਿਹਾ ਕਿ ਤੁਹਾਡੀ ਮੁਸਕਰਾਹਟ ਜਿਹੜੀ ਆ ਉਹ ਇੱਦਾਂ ਹੀ ਹੱਸਦੀ ਵੱਸਦੀ ਰਹੇ ਅਤੇ ਮੇਰੇ ਵੱਲੋਂ ਤੁਹਾਨੂੰ ਬਹੁਤ ਸਾਰੀਆਂ ਢੇਰੀ ਦੀ ਮੁਬਾਰਕਾਂ ਹੋਣ। ਅੱਛਾ, ਸ਼ੁਕਰੀਆ ਰਾਏ ਸਾਹਿਬ। ਅੱਛਾ ਜੀ, ਅਤੇ ਉਹ ਜਿਹੜੇ ਸਾਡੇ ਵੀਡੀਓ ਤੁਸੀਂ ਦੇਖ ਰਹੇ ਹੁੰਦੇ ਨਾ ਉਹਦੇ 'ਚ ਇੱਕ ਬਹੁਤ ਅਹਿਮ ਹਿੱਸਾ ਜਿਹੜਾ ਹੈ ਨਾ ਉਹ ਹੈਗਾ ਸਾਡਾ ਆਡੀਓ, ਕਿਉਂਕਿ ਸਾਡਾ ਕੰਮ ਇੱਦਾਂ ਦਾ ਆ ਕਿ ਜਿਹੜਾ ਲੋਕਾਂ ਨੇ ਸਾਡਾ ਜੁਮਲਾ ਹੀ ਸੁਣ ਕੇ ਹੱਸਣਾ ਹੁੰਦਾ, ਸਾਡੀ ਗੱਲ ਸੁਣ ਕੇ ਹੀ ਲੋਕਾਂ ਨੇ ਹੱਸਣਾ ਹੁੰਦਾ। ਅਤੇ ਸਾਡਾ ਸੁਹੇਲ ਆ ਜਾ, ਸੁਹੇਲ ਸਾਹਿਬ ਨੇ ਜੀ, ਅਤੇ ਸੁਹੇਲ ਸਾਹਿਬ ਸਾਡਾ ਸਾਰਾ ਆਡੀਓ ਦੇਖ ਰਹੇ ਹੁੰਦੇ ਨੇ। ਆ ਇਸ ਟਾਈਮ ਵੀ ਦੇਖੋ, ਸਾਰਾ ਸਿਸਟਮ ਉਹਨਾਂ ਨੇ ਫੜਿਆ ਹੈ, ਹੈੱਡਫੋਨ ਲੱਗੇ ਹੈ। ਸੁਹੇਲ ਸਾਹਿਬ ਵੀ ਜਿਹੜੇ ਨੇ ਉਹ ਰਾਇਆ ਸਾਹਿਬ ਦੇ ਸ਼ਾਗਿਰਦ ਨੇ ਜੀ। ਰਾਇਆ ਸਾਹਿਬ ਨੇ ਇਹਨਾਂ ਨੂੰ ਆਡੀਓ 'ਤੇ ਜਿਹੜਾ ਆ ਉਹ ਸਾਰਾ ਟ੍ਰੇਨਡ ਕੀਤਾ। ਅਤੇ ਹੁਣ ਤੁਸੀਂ ਜਿੰਨਾ ਸਾਡਾ ਵੀਡੀਓ ਦੇਖ ਰਹੇ ਹੁੰਦੇ ਹੋ ਉਹ ਸਾਰਾ ਜਿਹੜਾ ਆ ਸੁਹੇਲ ਸਾਹਿਬ ਕਰ ਰਹੇ ਹੁੰਦੇ ਆ। ਅਤੇ ਦੂਸਰਾ ਇਹ ਹੈ ਕਿ ਜਿਹੜਾ ਸਾਡਾ ਦੂਸਰਾ ਛੋਟਾ ਚੈਨਲ ਆ ਰਾਣਾ ਏਜਾਜ਼, ਜਿਹੜਾ ਸਿਰਫ ਰਾਣਾ ਏਜਾਜ਼, ਉਹ ਵੀ ਸੁਹੇਲ ਸਾਹਿਬ ਦੇਖ ਰਹੇ ਹੁੰਦੇ ਆ। ਜੀ ਸੁਹੇਲ ਸਾਹਿਬ, ਸਭ ਤੋਂ ਪਹਿਲਾਂ ਸਾਡੀ ਟੀਮ ਵੱਲੋਂ ਸਭ ਨੂੰ ਈਦ ਮੁਬਾਰਕ। ਅਤੇ ਸਰ, ਇਹ ਪੂਰੀ ਟੀਮ ਦਾ ਹਿੱਸਾ, ਸਭ ਤੋਂ ਛੋਟਾ ਟੀਮ 'ਚੋਂ ਮੈਂ ਸੀਗਾ ਅਤੇ ਅਲਹਮਦੁਲਿਲਾ ਪੂਰੀ ਟੀਮ ਨੇ ਨਾਲ ਲੈ ਕੇ ਚੱਲੇ, ਮੈਨੂੰ ਛੋਟਾ ਭਾਈ ਤਰ੍ਹਾਂ ਟ੍ਰੀਟ ਕੀਤਾ ਮੈਨੂੰ ਹਰ ਤਰੀਕੇ ਦੇ ਨਾਲ। ਔਰ ਅਲਹਮਦੁਲਿਲਾ ਆਡੀਓ ਦਾ ਸਾਰਾ ਕੰਮ ਇਸ ਟਾਈਮ ਦੇਖ ਰਹੇ ਹਾਂ। ਅਲਹਮਦੁਲਿਲਾ ਰਾਇਆ ਸਾਹਿਬ ਨੇ ਮੇਰੇ 'ਤੇ ਸ਼ਫਕਤ ਹੱਥ ਰੱਖਿਆ, ਬਕਾਇਦਾ ਮੈਨੂੰ ਸਾਰਾ ਕੁਝ ਸਿਖਾਇਆ, ਅਲਹਮਦੁਲਿਲਾ ਸਭ ਕੁਝ ਕਰਨ ਦੇ ਕਾਬਲ ਬਣਾ ਦਿੱਤਾ। ਔਰ ਸਭ ਤੋਂ ਵੱਡਾ ਹੱਥ ਜੇ ਸਾਡੇ
ਰਾਣਾ ਭਾਅ ਜੀ ਦਾ ਵਾ ਕਿ ਰਾਣਾ ਭਾਅ ਜੀ ਨੇ ਸਾਨੂੰ ਨਾਲ ਅਟੈਚ ਕੀਤਾ ਔਰ ਫੁੱਲ ਛੋਟੇ ਭਾਈਆਂ ਵਾਂਗੂ ਹੱਥ ਰੱਖਿਆ ਪਿੱਛੇ ਅਤੇ ਹਰ ਤਰੀਕੇ ਨਾਲ ਹਰ ਮੁਸ਼ਕਿਲ ਤੁਹਾਨੂੰ ਨਾਲ ਸਾਨੂੰ ਕੱਢਿਆ ਹਰ ਤਰ੍ਹਾਂ ਅਤੇ ਅਲਹਮਦੁਲਿਲਾ ਅੱਲਾਹ ਪਾਕ ਭਾਅ ਜੀ ਨੂੰ ਕਾਮਯਾਬ ਕਰੇ ਸਾਡੀ ਦੋਵਾਂ ਭਾਈ ਦੇ ਨਾਲ। ਓਕੇ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਅੱਛਾ ਜੀ, ਜੀ ਮੁਜਾਹਦ ਸਾਹਿਬ ਜੀ, ਅਸਲਾਮ ਵਾਲੇਕੁਮ ਜੀ। ਸਭ ਤੋਂ ਪਹਿਲੇ ਸਾਰੇ ਮੇਰੇ ਭੈਣ ਭਰਾਵਾਂ ਨੂੰ, ਮੇਰੀਆਂ ਮਾਵਾਂ ਨੂੰ, ਮੇਰੀਆਂ ਭੈਣਾਂ ਨੂੰ, ਸਾਡੇ ਵੱਡਿਆਂ ਨੂੰ, ਛੋਟਿਆਂ ਨੂੰ ਮੇਰੇ ਵੱਲੋਂ ਈਦ ਮੁਬਾਰਕ ਜੀ। ਅਤੇ ਇਹ ਜੀ ਬਸ ਜੀ ਕੁਛ ਸਿਲਸਿਲਾਕਾਰ ਇਸ ਤਰ੍ਹਾਂ ਦਾ ਬਣਦਾ ਇਨਸਾਨ ਦਾ ਕਿ ਉਹ ਫਿਰ ਸਾਰੀ ਜ਼ਿੰਦਗੀ ਫਿਰ ਚੱਲਣਾ ਪੈਂਦਾ ਨਾਲ। ਮੈਂ ਅਸਲ ਦੇ ਵਿੱਚ ਕੰਮ ਮੇਰਾ ਜੀ ਥੀਏਟਰ ਦਾ, ਅਤੇ ਉਹ ਥੀਏਟਰ ਦੇ ਵਿੱਚ ਮੈਨੂੰ ਉੱਥੇ ਮੇਰੇ ਨਾਲ ਕੁਕੂਤੀਲੀ ਸਾਹਿਬ, ਹਾਂਜੀ, ਉਹ ਕੰਮ ਕਰਦੇ ਸੀ। ਉਹਨੇ ਮੈਨੂੰ ਕਿਹਾ ਕਿ ਯਾਰ ਤੂੰ ਰਾਏ ਸਾਹਿਬ ਨਾਲ ਕਦੀ ਕੰਮ ਕੀਤਾ, ਅਤੇ ਰਾਏ ਸਾਹਿਬ ਨਾਲ ਮੈਂ ਸਟਾਰ ਥੀਏਟਰ ਦੇ ਵਿੱਚ ਇੱਕ ਵਾਰੀ, ਮੈਨੂੰ ਨਹੀਂ ਪਤਾ ਕੌਣ ਅਤੇ ਕੌਣ ਨਹੀਂ, ਉਹ ਇਹਨਾਂ ਨਾਲ ਕੰਮ ਕੀਤਾ। ਮੈਨੂੰ ਕਹਿੰਦਾ ਯਾਰ ਕਿ ਉਹ ਕਾਲ ਕਰਨੀ ਆ ਅਤੇ ਤੂੰ ਚੱਲ ਮੇਰੇ ਨਾਲ। ਉਹਨਾਂ ਨੇ ਕਿਹਾ ਸੀਗਾ ਕਿ ਉਹਨੂੰ ਲੈ ਕੇ ਮੁਜਾਹਦ ਨੂੰ। ਉਹ ਫਿਰ ਜਦੋਂ ਮੈਂ ਇੱਥੇ ਆਇਆ ਫਿਰ ਭਾਅ ਜੀ ਦੇ ਨਾਲ ਮੈਂ ਕਾਲ ਕੀਤੀ, ਰਾਏ ਸਾਹਿਬ ਨੂੰ ਆਣ ਕੇ ਮਿਲਿਆ, ਭਾਅ ਜੀ ਨੂੰ ਮਿਲਿਆ। ਫਿਰ ਭਾਅ ਜੀ ਨੇ ਮੈਨੂੰ ਦੱਸਿਆ ਕਿ ਯਾਰ ਅਸੀਂ ਕਾਲ ਦਾ ਪਤਾ, ਮੈਂ ਕਿਹਾ ਜੀ ਸੁਣੀ ਜ਼ਰੂਰ ਆ ਲੇਕਿਨ ਪਤਾ ਨਹੀਂਗਾ ਕਿ ਕਿਵੇਂ ਕਰੀ ਦੀ ਹੈ। ਉਹ ਫਿਰ ਭਾਅ ਜੀ ਨੇ ਮੈਨੂੰ ਦੱਸਿਆ ਕਿ ਇੰਜ ਕਰਕੇ ਤੁਸੀਂ ਉੱਧਰ ਬਹਿਣਾ ਅਤੇ ਮੈਂ ਇੱਧਰੋਂ ਤੁਹਾਨੂੰ ਕਾਲ ਕਰਨੀ ਹੈ, ਅਤੇ ਉਹ ਇੰਜ ਕਰਕੇ ਨਾ ਤਾਂ ਤੁਸੀਂ ਇਹ ਇੰਨੀ ਕੁ ਜਗ੍ਹਾ 'ਤੇ ਜਾ ਕੇ ਨਾ ਤਾਂ ਤੁਸੀਂ ਤਪ ਜਾਣਾ। ਅਤੇ ਉਹ ਫਿਰ ਅਸੀਂ ਭਾਅ ਜੀ ਨਾਲ ਪਹਿਲੀ ਕਾਲ ਕੀਤੀ, ਮੇਰਾ ਹਾਲ ਕਰਿਆਨੇ ਵਾਲੀ ਜੀ, ਪਹਿਲੀ ਕਾਲ ਕੀਤੀ ਕਰਿਆਨੇ ਵਾਲੀ ਭਾਅ ਜੀ ਦੇ ਨਾਲ। ਉਹ ਪਹਿਲੀ ਕਾਲ ਤੋਂ ਬਾਅਦ ਫਿਰ ਜੀ ਉਹ ਕਾਲ ਕਰਕੇ ਚਲ ਗਏ, ਭਾਅ ਜੀ ਨੇ ਫਿਰ ਸਾਡੇ ਨਾਲ ਪਿਆਰ ਕੀਤਾ, ਕਾਲ ਕਰਕੇ ਚਲ ਗਏ। ਉਸ ਤੋਂ ਬਾਅਦ ਫਿਰ ਦੁਬਾਰਾ ਮੈਨੂੰ ਰਾਜਾ ਸਾਹਿਬ ਦਾ ਫੋਨ ਆਇਆ ਕਿ ਮੁਜਾਹਦ ਸਾਹਿਬ ਕਾਲ ਕਰਨੀ ਹੈ ਅਤੇ ਤੁਸੀਂ ਕਦੋਂ ਆ ਸਕਦੇ ਹੋ। ਮੈਂ ਕਿਹਾ ਭਾਅ ਜੀ ਮੈਂ ਤਾਂ ਇਸ ਟਾਈਮ ਡਰਾਮੇ 'ਤੇ ਹਾਂ ਅਤੇ ਮੈਂ ਡਰਾਮੇ ਤੋਂ ਫਰੀ ਹੋ ਕੇ ਆ ਜਾਂਦਾ। ਉਹ ਫਿਰ ਉਸ ਤੋਂ ਬਾਅਦ ਡਰਾਮੇ ਤੋਂ ਫਰੀ ਹੋ ਕੇ ਫਿਰ ਕਈ ਕਾਲਾਂ ਕੀਤੀਆਂ, ਫਿਰ ਉਹਨਾਂ ਕਾਲਾਂ ਦੇ ਵਿੱਚੋਂ ਸਾਡੀਆਂ ਕਾਲਾਂ ਵੱਜੀਆਂ, ਉਹ ਆਪਣਾ ਪਕਵਾਨ ਵਾਲੀ, ਢਾਈ ਪਾ ਗੋਸ਼ਤ ਵਾਲੀ, ਫਿਰ ਫੁੱਫੜ ਵਾਲੀ, ਫਿਰ ਮਾਮੇ ਵਾਲੀ, ਫਿਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਕਾਲਾਂ ਕੀਤੀਆਂ। ਉਹ ਕਾਲ ਬਹੁਤ ਮਜ਼ੇਦਾਰ ਹੋਈ ਸੀ ਕਿ ਉਹ ਫੁੱਫੜਾ ਤੈਨੂੰ ਫੌਤਗੀ ਤੇ ਲੈ ਕੇ ਜਾਣਾ, ਫੌਤਗੀ ਤੇ ਲੈ ਕੇ ਜਾਣਾ ਜੀ। ਤੇ ਉਹ ਫਿਰ ਭਾਅ ਜੀ ਨੇ ਫਿਰ ਅੱਗੇ ਉਹ ਕੰਮ ਪਾਏ ਬੜੇ ਅਜੀਬ, ਕਿ ਜਦੋਂ ਤੂੰ ਨੱਕ ਪੂਜਦਾ ਤਾਂ ਬੜਾ ਚੰਗਾ ਅਤੇ ਫੁੱਫੜਾ ਤੇਰੇ ਵਰਗਾ ਰੋਂਦਾ ਕੋਈ ਨਹੀਂ, ਤੂੰ ਉਤਲੇ ਸਕੇਲ 'ਤੇ ਰੋਂਦਾ ਵਾ, ਤੂੰ ਤਲੜੇ 'ਤੇ ਜੇ ਵੋ। ਅਤੇ ਉਹ ਫਿਰ ਇੰਜ ਇੰਜ ਕਰਕੇ ਅਤੇ ਫਿਰ ਜਦੋਂ ਅਸੀਂ ਆਏ ਹਾਂ ਵੀਡੀਓ 'ਤੇ, ਅਤੇ ਉਹ ਫਿਰ ਭਾਅ ਜੀ ਨੂੰ, ਭਾਅ ਜੀ ਦੀ ਸਾਨੂੰ ਸਮਝ ਆ ਗਈ ਕਿ ਭਾਅ ਜੀ ਕੀ ਮੰਗਦੇ ਨੇ, ਅਤੇ ਉਸ ਫਿਰ ਸਿਲਸਿਲੇਕਾਰ ਦੇ ਨਾਲ ਹੀ ਫਿਰ ਅਸੀਂ ਉਸ ਲਿਹਾਜ਼ ਨਾਲ ਟੁਰਦੇ ਰਹੇ। ਅਤੇ ਉਹ ਅੱਜ ਅੱਲਾਹ ਦੀ ਰਹਿਮਤ ਦੇ ਨਾਲ ਫਿਰ ਤੁਸੀਂ ਪਿਆਰ ਕੀਤਾ ਅਤੇ ਅੱਜ ਸਾਡੇ ਬੱਚਿਆਂ ਦਾ ਅਤੇ ਸਾਡਾ ਰਿਜ਼ਕ ਲੱਗਾ ਅਤੇ ਜਿਹੜਾ ਵੀ ਮਿਲਦਾ ਸਾਨੂੰ ਉਹ ਸਾਡੇ ਨਾਲ ਪਿਆਰ ਕਰਦਾ। ਮੈਂ ਭਾਅ ਜੀ ਨੂੰ ਇੱਕ ਦਿਨ ਦੱਸਿਆ, ਰਾਏ ਸਾਹਿਬ ਮੈਂ ਨਾ ਨਾੜ ਵਾਲੇ ਚੌਂਕ ਨਾ ਬੈਠਾ ਸੀਗਾ ਮੁੱਦੇ ਜੱਟ ਹੋਣਾ ਕੋਲ, ਉਹ ਮੈਂ ਬੈਠਾ ਅਤੇ ਉੱਥੋਂ ਨਾ ਇੱਕ ਬੰਦਾ ਨੰਗਿਆ, ਉਹਨਾਂ ਦੀ ਉਮਰ ਹੋਣੀ ਹੈ ਕੋਈ ਭਾਅ ਜੀ ਨਾਲੋਂ 2-4 ਸਾਲ ਵੱਡੇ ਹੋਣੇ ਨੇ, ਉਹ ਸਿਰ 'ਤੇ ਟੋਪੀ ਅਤੇ ਵਾਈਟ ਸੂਟ ਉਹਨੇ ਪਾਇਆ। ਮੈਨੂੰ ਕਹਿੰਦਾ ਮੱਖੀ ਭਾਈ ਸਲਾਮ ਵਾਲੇਕੁਮ। ਅੱਛਾ, ਮੈਂ ਸਿਰ ਥੱਲੇ ਚੁੱਕਿਆ, ਮੈਂ ਕਿਹਾ ਜੀ ਵਾਲੇਕੁਮ ਸਲਾਮ। ਅਤੇ ਉਹ ਨਾ ਇੱਕ ਪਿਆਲਾ ਅਤੇ ਰੋਟੀਆਂ ਦਾ ਛਾਬਾ ਲੈ ਕੇ ਨਾ ਅਤੇ ਗੱਡੀ ਆਪਣੀ 'ਚ ਦੇ ਕੇ ਆਇਆ, ਅਤੇ ਮੈਨੂੰ ਆਣ ਕੇ ਕਹਿੰਦਾ ਯਾਰ ਛੋਟੇ ਭਾਈ ਮੈਂ ਤੈਨੂੰ ਮੱਖੀ ਕਿਹਾ ਯਾਰ ਤੂੰ ਗੁੱਸਾ ਤਾਂ ਨਹੀਂ ਕੀਤਾ? ਮੈਂ ਕਿਹਾ ਨਹੀਂ ਭਾਅ ਜੀ। ਅਤੇ ਕਹਿੰਦੇ ਯਾਰ ਸਹੀ ਨਾਂ ਦਾ ਨਹੀਂ ਪਤਾ, ਤੁਹਾਡਾ ਨਾਂ ਕੀ? ਮੈਂ ਕਿਹਾ ਜੀ ਮੇਰਾ ਨਾਮ ਮੁਜਾਹਦ ਅਬਾਸ ਆ। ਅਤੇ ਕਹਿੰਦਾ ਯਾਰ ਮੇਰੀ ਹਾਜਣ ਆ ਨਾ ਗੱਡੀ 'ਚ ਬੈਠੀ ਹੈ, ਅਤੇ ਉਹ ਕਹਿੰਦੀ ਹੈ ਕਿ ਮੈਂ ਮਿਲਣਾ ਮੱਖੀ ਭਾਈ। ਅਤੇ ਉਹ ਮੈਂ ਜਦੋਂ ਗਿਆ ਅਤੇ ਉਹ ਫਿਰ ਮੈਨੂੰ ਐਡਾ ਅੱਛਾ ਮਹਿਸੂਸ ਹੋਇਆ ਕਿ ਯਾਰ ਦੇਖ ਲਓ ਕਿ ਹਰ ਬੰਦਾ ਬਾਜ਼ਾਰ ਜਾਂਦਾ ਹੋਵੇ ਆਪਣੀ ਫੈਮਿਲੀ ਦੇ ਨਾਲ ਅਤੇ ਕੋਈ ਜਾਣਨ ਵਾਲਾ ਅੱਗੇ ਮਿਲ ਜਾਵੇ, ਉਹ ਨੀਵੀਂ ਪਾ ਲੈਂਦਾ ਕਿ ਯਾਰ ਨਾਲ ਮੇਰੀ ਫੈਮਿਲੀ ਆ ਅਤੇ ਇਹ ਮੇਰੇ ਨਾਲ ਦੁਆ ਸਲਾਮ ਨਾ ਲਵੇ ਜਾਂ ਮੈਨੂੰ ਪਛਾਣ ਨਾ ਲਵੇ, ਮੈਂ ਇਹਨੂੰ ਨਾ ਪਛਾਣ ਲਵਾਂ। ਅਤੇ ਮੈਂ ਕਿਹਾ ਯਾਰ ਇਹ ਅੱਲਾਹ ਪਾਕ ਨੇ ਸਾਡੇ 'ਤੇ ਇੰਨੀ ਰਹਿਮਤ ਕੀਤੀ ਆ ਕਿ ਵੇਖ ਲਓ ਕਿ ਯਾਰ ਬੰਦੇ ਆਪ ਫੜ ਫੜ ਕੇ ਕਹਿ ਰਹੇ ਨੇ ਕਿ ਯਾਰ ਇੱਧਰ ਆਓ, ਇਹ ਯਾਰ ਹੈ ਮੇਰੀ ਵਾਈਫ ਆ, ਮੇਰੀ ਬੇਟੀ ਆ, ਆਹ ਮੇਰੀ ਬੀਵੀ ਆ, ਮੇਰੀ ਮਾਂ ਵਾ, ਇਹ ਸਾਨੂੰ ਪਿਆਰ ਜੀ ਅਗਰ ਮਿਲ ਰਿਹਾ
ਤੇ ਯਾਰ ਸਾਨੂੰ ਅੱਲਾ ਪਾਕ ਦਾ ਲੱਖ ਲੱਖ ਸ਼ੁਕਰ ਕਰਨਾ ਚਾਹੀਦਾ ਤੇ ਇਸ ਤਰ੍ਹਾਂ ਹੀ ਜੀ ਸਾਰਾ ਸਿਲਸਿਲੇਕਾਰ। ਵਾਹ 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 ਵਾਹ। ਲਓ ਜੀ, ਇਸ ਤੋਂ ਬਾਅਦ ਹੁਣ ਜੀ ਤੁਹਾਡੀ ਮੁਲਾਕਾਤ ਕਰਾ ਰਹੇ ਹਾਂ। ਇਹ ਮੁਲਾਕਾਤਾਂ ਇਸ ਵਾਸਤੇ ਕਰਾ ਰਹੇ ਹਾਂ ਕਿ ਤੁਹਾਨੂੰ ਪਤਾ ਹੋਵੇ ਕਿ ਇੱਕ ਪੈਕੇਜ ਜਿਹੜਾ ਆ ਕਿਹੜੇ ਕਿਹੜੇ ਹੱਥਾਂ 'ਚੋਂ, ਕਿਹੜੇ ਕਿਹੜੇ ਬੰਦਿਆਂ ਦੀ ਮਿਹਨਤਾਂ 'ਚੋਂ ਹੋ ਕੇ ਸਾਡੇ ਕੋਲ ਪਹੁੰਚਦਾ। ਹੁਣ ਜੀ ਮੋਹਸਿਨ ਸਾਹਿਬ ਆਉਣਗੇ, ਆ ਜਾਓ ਮੋਹਸਿਨ ਸਾਹਿਬ। ਅੱਛਾ ਜੀ, ਮੋਹਸਿਨ ਸਾਹਿਬ ਦਾ ਮਾਮਲਾ ਇਹ ਹੈ ਜੀ, ਮੋਹਸਿਨ ਸਾਹਿਬ ਜਿਹੜੇ ਆ ਉਹ ਪਹਿਲੇ ਦਿਨ 'ਚੋਂ ਸਮਝ ਲਓ ਕਿ ਇਸ ਦਫ਼ਤਰ ਦੀ ਪਹਿਲੀ ਇੱਟ ਇਹਨਾਂ ਨੇ ਰੱਖੀ। ਮਤਲਬ ਕਿ ਇਸ ਦਫ਼ਤਰ 'ਚ ਕੈਮਰਿਆਂ ਤੋਂ ਲੱਗ ਕੇ ਹਰ ਚੀਜ਼ ਤੱਕ ਜਿਹੜਾ ਟੈਕਨੀਕਲ ਜਿੰਨਾ ਮਾਮਲਾ ਆ ਉਹ ਸਾਡੇ ਦਫ਼ਤਰ 'ਚ ਪੰਪ ਖਰਾਬ ਹੋ ਗਿਆ, ਮੋਹਸਿਨ ਸਾਹਿਬ ਦੀ ਜ਼ਿੰਮੇਵਾਰੀ। ਕੋਈ ਲਾਈਟ ਚਾਹੀਦੀ ਹੈ, ਮੋਹਸਿਨ ਸਾਹਿਬ ਦੀ ਜ਼ਿੰਮੇਵਾਰੀ। ਮੈਂ ਬਾਹਰ ਈਵੈਂਟਸ 'ਤੇ ਜਾਣਾ ਆ ਅਤੇ ਗੱਡੀ ਮੋਹਸਿਨ ਸਾਹਿਬ ਨੇ ਚਲਾਉਣੀ ਹੈ ਅਤੇ ਮੈਂ ਸਿਰਫ ਦੱਸਣਾ ਆ ਕਿ ਯਾਰ ਅਸੀਂ ਇਸਲਾਮਾਬਾਦ ਫਲਾਂ ਜਗ੍ਹਾ 'ਤੇ ਪਹੁੰਚਣਾ ਆ ਅਤੇ ਇਹ ਕੰਮ ਦੱਸ ਕੇ ਮੋਹਸਿਨ ਨੂੰ ਮੈਂ ਪਿਛਲੀ ਸੀਟ 'ਤੇ ਸੌਂ ਜਾਣਾ ਅਤੇ ਇਹ ਗੱਡੀ ਮੋਹਸਿਨ ਸਾਹਿਬ ਨੇ ਚਲਾ ਕੇ ਪੁਆਇੰਟ 'ਤੇ ਪਹੁੰਚ ਕੇ ਅਗਲੇ ਬੰਦਿਆਂ ਨਾਲ ਗੱਲਬਾਤ ਕਰਕੇ ਜ਼ਿਲ੍ਹੇ ਦੇਖਿਆ ਕਿ ਅੱਧਾ ਘੰਟਾ ਸਾਡੀ ਪਰਫੋਰਮੈਂਸ 'ਚ ਰਹਿ ਗਿਆ ਹੈ ਤਾਂ ਉਦੋਂ ਮੋਹਸਿਨ ਨੇ ਮੈਨੂੰ ਉਠਾਉਣਾ ਜੀ, ਉੱਠੋ ਜੀ ਆਪਣਾ ਨਹਾਵੋ ਧੋਵੋ ਅਤੇ ਅਸੀਂ। ਮਤਲਬ ਕਿ ਇੱਕ ਬੰਦਾ ਆ ਅਤੇ ਹਜ਼ਾਰ ਕੰਮ ਆ। ਉਹ ਕੈਮਰਾਮੈਨੀ ਤੋਂ ਇਲਾਵਾ ਨੇ ਜੀ, ਮੋਹਸਿਨ ਸਾਹਿਬ 24 ਘੰਟੇ ਰੋਡਾਂ 'ਤੇ ਹੁੰਦੇ ਨੇ, ਰੋਡਾਂ 'ਤੇ ਕਿ ਕਿਤੇ ਕੁਛ ਲੈਣ ਜਾ ਰਿਹਾ, ਕਿਤੇ ਕੁਛ ਲੈ ਕੇ ਆ ਰਿਹਾ, ਯੇ ਹੈ ਵੋ ਹੈ। ਤੁਸੀਂ ਸਮਝਦੇ ਹੋਵੋਗੇ ਤੇ ਅਖਬਾਰ ਵੀ ਫਰਕ ਸਾਹਿਬ ਸੁੱਟਦਾ। ਨਹੀਂ ਨਹੀਂ ਨਹੀਂ, ਕੰਮ ਹੀ ਮਾਸ਼ਾਅੱਲਾ ਬੜੇ ਨੇ, ਕੱਲੀ ਜਿੰਦੜੀ ਤੇ ਕੰਮ ਤੇ ਨਜ਼ਾਰ ਜੀ। ਮੋਹਸਿਨ ਸਾਹਿਬ ਜੀ, ਅਸਲਾਮ ਅਲੈਕੁਮ ਜੀ, ਮੇਰੇ ਵੱਲੋਂ ਸਾਰਿਆਂ ਨੂੰ ਈਦ ਮੁਬਾਰਕ। ਔਰ ਮੈਂ ਦੱਸਣਾ ਚਾਹਾਂਗਾ ਜੀ ਕਿ ਮੈਂ ਇੱਕ ਮਤਲਬ ਕਿ ਬੇਸਿਕ ਰੰਗ ਸਾਜ ਸੀਗਾ, ਰੰਗ ਦਾ ਕੰਮ ਕਰਦਾ ਸ਼ੁਰੂ ਤੋਂ ਭਾਈ ਦੇ ਹੱਥਾਂ 'ਚ ਜੰਮੇ ਭਲੇ। ਅਤੇ ਭਾਜੀ ਦੇ ਨਾਲ ਹੀ ਜਦੋਂ ਮੇਰੀ ਪੈਦਾਇਸ਼ ਸੀਗੀ ਉਦੋਂ ਹੀ ਭਾਜੀ ਪੰਜਾਬ ਆਏ ਨੇ, ਪਹਿਲੇ ਦਿਨ ਇਸੇ ਤਰ੍ਹਾਂ ਹੀ ਭਾਜੀ। ਅਤੇ ਮਤਲਬ ਕਿ ਮੈਂ ਇਸ ਕਾਬਲ ਨਹੀਂ ਸੀ ਹੈ ਕਿ ਮੈਂ ਇੰਨੀ ਟੈਕਨੋਲੋਜੀ ਜਾਂ ਇੰਨੀਆਂ ਚੀਜ਼ਾਂ ਚਲਾਵਾਂ। ਔਰ ਰਾਜ ਸਾਹਿਬ ਦੀ ਬੜੀ ਸਪੋਰਟ ਹੈ ਮੈਨੂੰ, ਰਾਜ ਸਾਹਿਬ ਨੇ ਹਰ ਚੀਜ਼ ਮੈਨੂੰ ਦੱਸੀ। ਔਰ ਲਾਹੌਰੋਂ ਚੀਜ਼ਾਂ ਜਿਸ ਦਿਨ ਪਹਿਲੇ ਦਿਨ ਆਈਆਂ ਨੇ ਮੈਂ ਬੜੇ ਕੰਮ ਖਰਾਬ ਕੀਤੇ, ਬੜਾ ਬੜਾ ਨੁਕਸਾਨ ਕੀਤਾ, ਬੜਾ ਬੜਾ ਨੁਕਸਾਨ ਕੀਤਾ। ਔਰ ਅੱਜ ਮਾਸ਼ਾਅੱਲਾ ਅੱਲਾ ਪਾਕ ਦਾ ਕਰਮ ਹੈ ਅਤੇ ਇਹ ਜੋ ਵੀ ਹੈ ਇਹ ਭਾਜੀ ਦੀ ਬਦੌਲਤ ਹੈ। ਭਾਜੀ ਬਹੁਤ ਸ਼ੁਕਰੀਆ ਸਰ, ਥੈਂਕ ਯੂ। ਔਰ ਸਾਨੂੰ ਜਿੰਨੇ ਲੋਕ ਦੇਖਦੇ ਨੇ ਉਹਨਾਂ ਦਾ ਵੀ ਬਹੁਤ ਸ਼ੁਕਰੀਆ ਸਰ, ਤੁਹਾਡਾ ਥੈਂਕ ਯੂ। ਅਸੀਂ ਤੁਹਾਡੇ ਨਾਲ ਕੋਈ ਗਲਤ ਹਰਕਤ ਕਰਾਂਗੇ, ਤੁਹਾਡੀ ਬੇਅਦਬੀ ਕਰਾਂਗੇ, ਤੁਸੀਂ ਸਾਡੇ ਸਿਰ ਕੱਟ ਦਿਓਗੇ। ਤੌਬਾ, ਅਸੀਂ ਤੇ ਤੁਹਾਡਾ ਤਰਾਮ ਦਾਦੇ ਜੀ ਨਾ ਕਰੀ। ਮਤਲਬ ਮੋਹਸਿਨ ਦਾ ਕੰਮ ਬੜਾ ਮਦਦਗਾਰ ਹੋਣਾ ਜੀ। ਮਤਲਬ ਮੋਹਸਿਨ ਥੋੜੀ ਦੇਰ ਪਹਿਲੇ ਸ਼ੂਟ ਤੇ ਹੁੰਦਾ ਤੇ ਅਸੀਂ ਨੂੰ ਭੇਜੀਦਾ ਕਿ ਯਾਰ ਮਿਸਾਲ ਦੇ ਤੌਰ ਤੇ ਅਗਰ ਕੋਈ ਚਾਰਜਰ ਰਹਿ ਗਿਆ ਸਟੂਡੀਓ ਜਾਂ ਕੋਈ ਚੀਜ਼ ਲੈਣ ਗਿਆ ਤੇ ਬਾਅਦ 'ਚ ਮੈਂ ਕਾਲ ਕਰ ਰਿਹਾ ਮੋਹਸਿਨ ਕਿੱਥੇ ਆ ਯਾਰ ਚਾਰਜਰ ਲੈ ਕੇ ਨਹੀਂ ਆਇਆ, ਉਹ ਕਹਿੰਦਾ ਹੁੰਦਾ ਠਹਿਰ ਜਾਓ ਯਾਰ ਮੈਂ ਖੀਰੇ ਲੈਣੇ ਆ। ਮਤਲਬ ਵਿੱਚ ਸਬਜ਼ੀ ਵੀ ਆ, ਵਿੱਚ ਉਹ ਵਿਚਾਰੇ ਨੂੰ ਕੈਮਰੇ ਦਾ ਵੀ ਪਿਆ ਹੁੰਦਾ ਜਿਸ ਤਰ੍ਹਾਂ ਰਾਣਾ ਸਾਹਿਬ ਨੇ ਦੱਸਿਆ। ਕਹਿਣ ਦਾ ਮਕਸਦ ਇਹ ਕੋ ਮਜ਼ਾਕ ਦੀ ਗੱਲ ਨਹੀਂ, ਇਹਦੀ ਹਿੰਮਤ ਹੈ ਇਸ ਬੱਚੇ ਦੀ ਕਿ ਓਵਰਆਲ ਸਾਰਾ ਕੁਛ ਦੇਖਦਾ, ਕੰਟਰੋਲ ਕਰਦਾ। ਅੱਛਾ ਰਾਜ ਸਾਹਿਬ, ਉਹਦੇ ਵਿੱਚ ਇਹ ਨਾ ਕਿ ਸ਼ੁਰੂ ਤੋਂ ਤੁਹਾਡੀ ਸਾਰਿਆਂ ਦੀ ਸਪੋਰਟ ਸੀਗੀ, ਭਾਜੀ ਦੀ ਸਪੋਰਟ ਸੀਗੀ। ਇੱਕ ਰੰਗ ਸਾਜ ਬੰਦਾ ਹੈ, ਦਿਹਾੜੀ ਲਾਉਣ ਵਾਲਾ ਬੰਦਾ ਹੈ, ਉਹਨੂੰ ਕੀ ਪਤਾ ਕੈਮਰਾ ਕੀ ਹੈ, ਠੀਕ ਹੈ। ਲੇਕਿਨ ਨਹੀਂ, ਉਹ ਜਿਹੜਾ ਬੰਦਾ ਮਿਹਨਤ ਕਰਨ ਵਾਲਾ ਹੈਗਾ ਨਾ, ਉਹਦੇ ਵਾਸਤੇ ਕੋਈ ਮੰਜ਼ਿਲ ਜਿਹੜੀ ਮੁਸ਼ਕਿਲ ਨਹੀਂ ਹੁੰਦੀ। ਤੇ ਉਹ ਜਿਹੜਾ ਬੰਦਾ ਹੈ ਹੀ ਇੱਕ ਨਖੱਟੂ ਆ ਜਿਹੜਾ ਕੰਮ ਕਰਕੇ ਰਾਜ਼ੀ ਨਹੀਂ ਹੈਗਾ, ਫਿਰ ਉਹਨੂੰ ਤੁਸੀਂ CA ਕਰਾ ਲਓ, ਉਹਨੂੰ MBA ਕਰਾ ਲਓ, ਉਹਨੂੰ ਦੀ ਉਹਨੂੰ ਦੁਨੀਆ ਦੀ ਮਸ਼ਹੂਰ ਤਰੀਨ ਡਿਗਰੀਆਂ ਕਰਾ ਲਓ, ਉਹ ਫਾਰਗ ਆ। ਅਸਲ 'ਚ ਤਾਲੀਮ ਜਿਹੜੀ ਹੁੰਦੀ ਨਾ, ਮਿਹਨਤ ਤਾਲੀਮ ਡਿਗਰੀਆਂ ਤੋਂ ਕਿਤੇ ਅੱਗੇ ਨਿਕਲ ਜਾਂਦੀ। ਵਾਹ ਵਾਹ, ਬੜੀ ਪਿਆਰੀ ਯਾਰ। ਇਹ ਕਿੱਦਾਂ ਹੋ ਸਕਦਾ ਹੈ ਕਿ ਇੱਕ ਬੰਦਾ
6 ਘੰਟੇ ਕੰਮ ਕਰਨ ਵਾਲਾ, ਇੱਕ ਬੰਦਾ ਰਾਤ ਦਿਨ ਕੰਮ ਕਰਨ ਵਾਲਾ, ਉਹ ਦੋਨੋਂ ਇੱਕ ਨਹੀਂ ਹੋ ਸਕਦੇ। ਸਰ ਅੱਲਾਹ ਪਾਕ ਵੀ ਤਾਂ ਦੇਖ ਰਿਹਾ ਨਾ, ਅੱਲਾਹ ਪਾਕ ਦੇਖ ਰਿਹਾ ਕਿ ਇੱਕ ਬੰਦਾ, ਆਹ ਤੁਸੀਂ ਹੁਣ ਸੁਬਾਹ ਦੀ ਗੱਲ ਦੇਖੋ, ਉਧਰੋਂ ਮੈਂ ਮੋਸਨ ਨੂੰ ਕਿਹਾ ਕਿ ਯਾਰ ਆਪਾਂ ਸ਼ੂਟ ਕਰਨਾ, ਤੇ ਉਹ ਨਾਲ ਮੈਂ ਕਿਹਾ ਯਾਰ ਇੱਕ, ਮੈਂ ਕਿਹਾ ਉਹ ਇੱਕ ਅਲਮੋਨੀਅਮ ਦੀ ਸੀੜੀਆਂ ਆਉਂਦੀਆਂ ਨੇ, ਮੈਂ ਕਿਹਾ ਯਾਰ ਦੋ ਸੀੜੀਆਂ ਚਾਹੀਦੀਆਂ, ਇੱਕ ਜ਼ਿਆਦਾ ਹਾਈਟ ਵਾਲੀ ਤੇ ਇੱਕ ਮੁਨਾਸਿਬ ਹਾਈਟ ਵਾਲੀ। ਹਾਂ ਉਹ ਨਹੀਂ, ਘਰ ਚ ਯੂਜ਼ ਕਰਨ ਵਾਸਤੇ ਜਿਹੜੀ ਫੋਲਡਿੰਗ ਹੁੰਦੀ ਹੈ ਕਿ ਪੱਖੇ ਸਾਫ਼ ਕਰ ਲਏ ਜਾਂ ਲਾਈਟ ਕੋਈ ਚੇਂਜ ਕਰ ਲਈ ਹੈ ਇੱਧਰ, ਉਹਨੇ ਬਜਾਏ ਸ਼ੂਟ 'ਤੇ ਆਉਣ ਦੇ ਤਾਂ ਪੌੜੀਆਂ ਲੜ ਭੱਜ ਪਿਆ। ਮਤਲਬ ਮੈਂ ਰਾਹ 'ਚੋਂ ਮਨਾ ਕੀਤਾ, ਮੈਂ ਕਿਹਾ ਯਾਰ ਉਹ ਫਿਰ ਆ ਜਾਣਗੀਆਂ, ਤੁਸੀਂ ਸ਼ੂਟ 'ਤੇ ਮਤਲਬ ਪਹੁੰਚੋ ਉਹਦੇ, ਮਤਲਬ ਉਹ ਅੱਛਾ ਮੌਸਮ ਨੂੰ ਹੀ ਪਤਾ ਆ ਕਿ ਸਾਡੀ ਗੱਡੀਆਂ ਦੇ ਕਾਗਜ਼ਾਤ ਕਿੱਥੇ ਪਏ ਨੇ, ਉਹ ਕਿਹੜੀ ਗੱਡੀ ਦਾ ਆਇਲ ਚੇਂਜ ਕਰਾਇਆ, ਕਿੰਨਾ ਚਿਰ ਹੋ ਗਿਆ, ਯੇ ਹੋ ਗਿਆ ਵੋ, ਯਾਨੀ ਕਿ ਇੱਕ ਮੌਸਮ ਸਾਡਾ ਸਰਕਟ ਹੈ, ਤੁਹਾਨੂੰ ਘਰ ਪੌੜੀ ਚਾਹੀਦੀ ਆ ਮਾਸ਼ਾਅੱਲਾ 6.5 ਫੁੱਟ ਕੱਦ ਦਾ, ਜੇ ਤੁਸੀਂ ਮਤਲਬ ਪੌੜੀਆਂ ਤੇ ਲਾਉਣੇ ਆ ਤੇ ਸਾਨੂੰ ਤੇ ਫਿਰ ਮੇਰਾ ਖਿਆਲ ਪੂਰਾ ਮਨਾਰ ਹੀ ਲਾਈਏ ਕਿਤੋਂ। ਨਹੀਂ ਉਹ ਸਾਡੇ ਕੱਦਾਂ ਦੇ ਹਿਸਾਬ ਨਾਲ ਛੱਤਾਂ ਵੀ ਨੇ ਨਾ, ਸਾਡੇ ਪੱਖੇ ਵੀ ਓਨੇ ਉੱਚੇ, ਮਤਲਬ ਜੇ ਰਾਣੇ ਰੱਖਣ ਦਾ ਸ਼ੌਕ ਹੋਵੇ ਤੇ ਚਗਾਠੇ ਉੱਚੇ ਰੱਖੀ, ਜੇ ਉਠਾਣੇ ਨਾਲ ਯਾਰੀ ਲਾਈਏ ਤੇ ਦਰਵਾਜ਼ੇ ਉੱਚੇ ਰੱਖੇ ਰੱਖੀ, ਪਿਛਲਾ ਘਰ ਭਾਵੇਂ ਸਾਰਾ ਨੀਵਾਂ ਹੋਵੇ, ਉਠਾਣਾ ਤੁਸੀਂ ਉਠਾਣਾ ਯਾਰੀ ਲਾਉਣ ਅਲੱਗ, ਤੁਸੀਂ ਭੇਡੂ ਪਾਏ। ਅੱਛਾ ਇਹੋ ਜਿਹਾ ਬੰਦਾ ਏਦਾਂ ਦੀ ਗੱਲਬਾਤ ਹੁੰਦੀ ਹੋਵੇ ਤਾਂ ਇੱਕੋ ਹੀ ਗੱਲ ਸੋਚੀ ਇਹਨਾਂ ਦਾ, ਇਹਨਾਂ ਨੇ ਰੋਟੀ ਲੇਟ ਕਰਾ ਦੇਣੀ, ਇਹਨਾਂ ਨੇ ਰੋਟੀ ਲੇਟ ਕਰਾ ਦੇਣੀ। ਤੁਸੀਂ ਵੇਖੋ ਤੇ ਸਹੀ ਲੱਗਣ ਹੀ ਨਹੀਂ ਡਿਆ, ਦੁਰਮਟਾ ਇੰਜ ਲੱਗਣ ਡੇ ਜਿਵੇਂ ਢੇਸੀਆਂ ਤੋਂ ਮੂੜਾ ਲਿਆਉਂਦਾ। ਅੱਛਾ ਤੁਹਾਨੂੰ ਇੱਕ ਗੱਲ ਦੱਸਾਂ, ਹੁਣ ਮੈਂ ਸਾਰਿਆਂ ਨੂੰ, ਸਿਰਫ ਮੇਰਾ ਸੋਲੋ ਚੱਲ ਰਿਹਾ, ਮੈਨੂੰ ਜਾਣਦੇ ਉੱਟ ਕੇ ਜਾ 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 ਸ਼ਾਬਾਸ਼। ਮੈਂ ਤੇ ਹੈਰਾਨ ਆ ਯਾਰ, ਬੰਦਾ ਬਹੁਤ ਸਾਦਾ ਵਾ, ਦੁਰਮਟ ਬਹੁਤ ਸਾਦਾ, ਮਤਲਬ ਪਹਿਲੇ 2 ਮਹੀਨੇ ਤੁਹਾਨੂੰ ਕਿਸੇ ਨੂੰ ਵੀ ਨਹੀਂ ਪਤਾ ਵੀ ਮੈਂ ਕੀ ਮਿਹਨਤ ਕਰਦਾ ਰਿਹਾ, ਇਹਨੂੰ ਜਿਹੜਾ ਕੋਈ ਪੁੱਛਦਾ ਸੀ ਨਾ ਕਿੱਥੇ ਕੰਮ ਕਰਦਾ, ਇਹ ਕੋਈ ਕਹਿੰਦਾ ਸੀ ਮੈਂ ਰਾਣਾ ਜਾਦ ਆਫੀਸ਼ੀਅਲ ਦੀ ਦੁਕਾਨ ਤੇ ਲੱਗਾ, ਉਹ ਦੁਕਾਨ ਨਹੀਂ ਭਾਈ ਸਟੂਡੀਓ। ਸਾਦਾ ਤੇ ਏਡਾ ਵਾ ਕਿ ਮੈਂ ਫੋਨ ਕੀਤਾ, ਮੈਂ ਕਿਹਾ ਦੁਰਮਟ ਸਾਹਿਬ ਅੱਜ ਈਦ ਆ ਤੇ ਕਿੱਥੇ ਹੋ, ਆਪਾਂ ਉਹ ਜਾਣਾ ਵੀਡੀਓ ਕਰਨੀ ਹੈ, ਤੇ ਕਹਿੰਦਾ ਹੁਣ ਮੈਂ ਭਾਜੀ ਕੱਪੜੇ ਰਹਿਣ ਦਵਾਂ। ਏਡਾ ਵੀ ਮਾਮਾ ਸਾਦਾ ਬੰਦਾ ਚਾਹੀਦਾ, ਵੇਖ ਲਓ ਭਾਜੀ। ਅੱਛਾ ਜੀ, ਬਿਸਮਿਲ੍ਲਾਹਿ ਰਹਿਮਾਨ ਰਹੀਮ ਜੀ, ਸਭ ਤੋਂ ਪਹਿਲਾਂ ਸਾਰੇ ਦੋਸਤਾਂ ਨੂੰ, ਵੇਖਣ ਵਾਲਿਆਂ ਨੂੰ, ਭੈਣਾਂ ਭਰਾਵਾਂ ਨੂੰ ਮੇਰੀ ਤਰਫ ਉਧਰੀ ਈਦ ਮੁਬਾਰਕ। ਦੂਸਰੀ ਗੱਲ ਇਹ ਜੀ ਕਿ ਇਹ ਹਿਸਾਬ ਤੁਸੀਂ ਹੁਣ ਆਪੇ ਲਾਉਣਾ ਵਾ, ਕਿੰਨੀ ਦੇਰ ਹੋ ਗਈ ਮੈਨੂੰ ਆਇਆ ਨੂੰ? ਮੈਂ 22 ਸਫ਼ਰ ਵਾਲੇ ਦਿਨ ਆਇਆ ਸਰ। 22 ਸਫ਼ਰ, ਤੂੰ ਹਾਲੇ ਵੀ ਸਫ਼ਰ 'ਚ ਆਈ ਹਾਂ ਭਾਜੀ, ਗੱਲ ਸੁਣ ਲਓ। ਤੁਹਾਡੇ ਵਰਗੇ ਅੱਛੇ ਕੱਪੜੇ ਪਾ ਕੇ ਨਾ ਬੱਸ 'ਚ ਚੜ ਜਾਂਦੇ ਤੇ ਲੋਕ ਸੀਟ ਦੇ ਦਿੰਦੇ, ਨਹੀਂ ਆਪ ਬੈਠੇ, ਮੈਨੇ ਸਿਰਫ ਪੈਲਸ ਨੇ ਵੇਚਣੀ ਹੈ ਜੀ, ਤੁਸੀਂ ਦੇਖੋ ਵੀ ਮੰਜੀ ਕਿੰਨੀ ਡੂੰਗੀ ਹੋਈ ਪਈ, ਮੰਜੀ ਨੇ ਐ ਕੀਤਾ ਨਹੀਂ, ਉਹਨੇ ਜੋ ਕੀਤਾ ਲੜ ਗਿਆ ਆਉਂਦੇ ਵੀ, ਮੰਜੀ ਦਾ ਤੀਰ ਛੋਟ ਹੋਇਆ ਜੀ। ਡਾਕਟਰ ਬਗਾਰੀ ਸਾਹਿਬ, ਇਹ ਵੀਡੀਓ ਤੋਂ ਇਲਾਵਾ ਵੀ ਸਾਡੇ 'ਚ ਜਿਹੜਾ ਜਦੋਂ ਅਸੀਂ ਬਹਿੰਦੇ ਹਾਂ ਅਤੇ ਉਹ ਮੂਡ ਬਿਹਤਰ ਰੱਖਣ ਵਾਸਤੇ ਇਸ ਤਰ੍ਹਾਂ ਦੀ ਜਿਹੜੀ ਗੱਪਸ਼ਪ ਆ ਉਹ ਆਮ ਹਾਲਾਤ 'ਚ ਵੀ ਲੱਗਦੀ ਰਹਿੰਦੀ ਹੈ, ਤਾਂ ਕਿ ਅਸੀਂ ਲੋਕ ਉਸ ਤਰ੍ਹਾਂ ਹੱਸ ਰਹੀਏ। ਅਤੇ ਦੁਰਮਟ ਸਾਹਿਬ ਨੂੰ ਸਾਡੀ ਟੀਮ 'ਚ ਸ਼ਾਮਿਲ ਹੋਇਆ ਮੇਰੇ ਖਿਆਲ ਕੋਈ 6 ਮਹੀਨੇ ਹੋਏ ਸ਼ਾਇਦ, ਹਾਂਜੀ ਹਾਂਜੀ 6 ਮਹੀਨੇ ਜੀ। ਦੁਰਮਟ ਸਾਹਿਬ, ਸਭ ਤੋਂ ਪਹਿਲੀ ਗੱਲ ਹੈ ਕਿ ਮੈਂ ਆਪਣੀ ਜ਼ਿੰਦਗੀ ਦੀ ਉਹ ਵਕਤ
ਉਹ ਹਿਸਟਰੀ ਥੋੜ੍ਹੀ ਜਿਹੀ ਆਪਣੇ ਭੈਣਾਂ ਭਰਾਵਾਂ ਨੂੰ ਦੱਸਣਾ ਚਾਹਾਂਗਾ ਜਿੱਥੋਂ ਮੈਂ ਇਸ ਟੀਮ ਦੇ ਵਿੱਚ ਸ਼ਾਮਿਲ ਹੋਇਆ। ਰਾਣਾ ਸਾਹਿਬ ਨਾਲ ਅਟੈਚਮੈਂਟ ਹੋਈ। ਪੱਤੋਗੀ ਦਾ ਮੈਂ ਰਹਿਸ਼ੀ, ਜ਼ਿਲ੍ਹਾ ਕਸੂਰ। ਪੱਤੋਗੀ ਦਾ ਮੈਂ ਰਹਿਸ਼ੀ ਹਾਂ। ਤਕੜੇ ਬੰਦਿਆਂ ਦਾ ਇਲਾਕਾ। ਹਾਂਜੀ ਹਾਂਜੀ, ਵੱਡੇ ਬੰਦੇ। ਹਾਂਜੀ, ਬੁੱਲਾ ਸ਼ਾਹ ਸਰਕਾਰ। ਵਾਹ 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 ਵਾਹ, ਬਾਬਾ ਬਾਸ ਸਰਕਾਰ। ਵਾਹ ਵਾਹ ਵਾਹ, ਸੁਭਾਨ ਅੱਲਾਹ। ਉੱਥੋਂ ਦਾ ਜੀ ਮੈਂ ਰਹਿਸ਼ੀ ਹਾਂ ਅਤੇ ਮਿਹਨਤ ਮਜ਼ਦੂਰੀ, ਰੰਗ ਦਾ ਕੰਮ ਵੀ ਕਰਦੇ ਰਹੇ ਹਾਂ, ਆਈਸਕ੍ਰੀਮ ਵੀ ਵੇਚਦੇ ਰਹੇ ਹਾਂ, ਆਂਡੇ ਵੀ ਵੇਚਦੇ ਰਹੇ ਹਾਂ। ਯਾਨੀ ਕਿ ਬੱਚਿਆਂ ਦਾ ਰਿਜ਼ਕ ਕਮਾਉਣ ਦੀ ਖਾਤਰ ਜੋ ਜੋ ਕੁਛ ਵੀ ਹੈ ਸੀ ਉਹ ਕੀਤਾ ਵਾ। ਲੇਕਿਨ ਕੁਛ ਵਕਤ ਇਸ ਤਰ੍ਹਾਂ ਆ ਗਿਆ ਕਿ ਮੈਂ ਆਈਸਕ੍ਰੀਮ ਵੇਚ ਰਿਹਾ ਵਾਂ ਗਰਮੀਆਂ 'ਚ ਸ਼ਾਦੀ ਹਾਲਾਂ ਦੇ ਵਿੱਚ। ਅੱਛਾ, ਉੱਥੇ ਸ਼ਾਦੀਆਂ ਵਿਆਹਾਂ ਦੇ ਆਰਡਰ ਆਉਂਦੇ ਸੀ ਭਾਅ ਜੀ। ਹਾਂ, ਕੁਲਫਾ, ਹਾਂ, ਆਈਸਕ੍ਰੀਮ, ਉਹਦੇ ਨਾਲ ਮੇਰੇ ਬੱਚਿਆਂ ਦਾ ਰਿਜ਼ਕ ਚੱਲਦਾ ਰਿਹਾ। ਹਾਂ, ਲੇਕਿਨ ਕੁਛ ਦਿਨ ਐਸਾ ਆ ਗਿਆ ਕਿ ਮੁਹਰਮ ਸ਼ੁਰੂ ਹੋ ਗਿਆ। ਹਾਂ, ਉਹ ਸ਼ਾਦੀ ਹਾਲ ਬੰਦ ਹੋ ਗਏ। ਉਹ ਫਿਰ ਮੈਂ ਗਲੀਆਂ 'ਚ ਸਾਈਕਲ ਲੈ ਕੇ ਨਾ ਆਈਸਕ੍ਰੀਮ ਵੇਚਣੀ ਸ਼ੁਰੂ ਕਰ ਦਿੱਤੀ, 3 ਰੁਪਈਆਂ ਵਾਲੀ ਸਾਈਕਲ ਆਈਸਕ੍ਰੀਮ ਵਾਲੀ, ਵਾਲ ਵਾਲਿਆਂ ਦੀ ਜਾਂ ਕੋਈ। ਉਹ ਮੇਰੇ ਕੋਲ ਇੰਨਾ ਨਹੀਂ ਹੋਇਆ ਕੰਮ, ਕਿਉਂਕਿ ਮੇਰਾ ਵਜੂਦ ਦਾ ਭਾਰਾ। ਮੈਂ ਆਪਦੇ ਪੁਆਇੰਟ ਤੋਂ ਜਦੋਂ ਜਾਣਾ ਵਾ ਜਾ ਕੇ ਸ਼ਾਦੀ ਹਾਲ 'ਚ ਗਈ ਖਲੋ ਜਾਂਦਾ ਵਾ, ਆਪਦਾ ਕੁਲਫਾ ਵੀ ਕੱਟ ਲਈਦਾ ਸੀ, ਉੱਧਰੋਂ ਵੀ ਦਿਹਾੜੀ ਬਣ ਜਾਣੀ, ਆਈਸਕ੍ਰੀਮ ਵੇਚ ਲੈਣੀ, ਉੱਧਰੋਂ ਵੀ ਬੱਚਿਆਂ ਦਾ ਰਿਜ਼ਕ ਬਣ ਜਾਣਾ। ਉਹ ਲੇਕਿਨ ਜਦੋਂ ਮੁਹਰਮ ਦੀ ਵਜ੍ਹਾ ਤੋਂ ਸ਼ਾਦੀ ਹਾਲ ਬੰਦ ਹੋ ਗਿਆ, ਨਹੀਂ ਸ਼ਾਦੀਆਂ ਦੇ ਵਿਆਹਾਂ ਦੇ ਫੰਕਸ਼ਨ ਲੱਗੇ, ਉਹ ਫਿਰ ਮੈਂ ਗਲੀਆਂ 'ਚ ਸੇਲ ਸ਼ੁਰੂ ਕਰ ਲਈ। ਉਹ ਮੈਨੂੰ ਮੇਰੀ ਜਿਸਾਮਤ ਦੀ ਵਜ਼ਨ ਦੀ ਵਜ੍ਹਾ ਤੋਂ ਮੇਰੇ ਕੋਲ ਨਹੀਂ ਇੰਨੀ ਫੇਰੀ ਹੋ ਸਕੀ। ਉਹ ਥੋੜ੍ਹੀ ਜਿਹੀ ਮੈਂ ਸਾਈਕਲ ਲੈ ਕੇ ਤਕਨੀਕ ਉੱਥੇ ਬਹਿ ਜਾਣਾ, ਉੱਥੋਂ ਲੈ ਕੇ ਤਕਨੀਕ ਉੱਥੇ ਬਹਿ ਜਾਣਾ, ਯਾਨੀ ਇਹ ਕੰਮ ਮੇਰਾ ਅੱਧੇ ਨਾਲੋਂ ਵੀ ਅੱਧਾ ਖਤਮ ਹੋ ਗਿਆ। ਵੀ ਸਾਰੀ ਦਿਹਾੜੀ ਖੱਪ ਖੱਪ ਕੇ ਮੈਂ ਆਉਣਾ ਅਤੇ ਆ ਕੇ ਵੇਖਣਾ ਸ਼ਾਮ ਨੂੰ ਕੋਈ 200-400-500 ਅਤੇ ਜਿਹਦੇ ਨਾਲ ਵੀ ਮਤਲਬ ਕੋਈ ਘਰ ਦੀ 1-2 ਜੀਆਂ ਦਾ ਖਾਣਾ ਪੱਕਣਾ। ਬਹੁਤ ਮੈਂ ਪਰੇਸ਼ਾਨ ਹੋ ਗਿਆ। ਉੱਤੋਂ ਫਿਰ ਮੈਂ ਜੇ ਕਿਸੇ ਰੰਗ ਵਾਲੇ ਨੂੰ ਕਹਾਂ ਵੀ ਯਾਰ ਮੈਨੂੰ ਦਿਹਾੜੀ 'ਤੇ ਲੈ ਜਾਓ ਨਾਲ, ਜਿੱਥੇ ਤੁਸੀਂ ਲੋਕਾਂ ਨੂੰ 1000 ਦਿੰਦੇ ਮੈਨੂੰ 200 ਘੱਟ ਦੇ ਦਿਓ ਕਰੋ, ਅਤੇ ਮੈਨੂੰ ਲੈ ਜਾਇਆ ਕਰੋ। ਅੱਗੋਂ ਯਾਨੀ ਕਿ ਉਹ ਕਰੈਕਟਰ ਐਸੇ ਸੀ, ਉਹ ਦੋਸਤ ਐਸੇ ਸੀ, ਉਹ ਕਹਿੰਦੇ ਯਾਰ ਗੱਲ ਸਾ ਕਿ ਫਰਜ਼ਾਨ ਸਾਹਿਬ ਲੈ ਤਾਂ ਜਾਈਏ, ਲੇਕਿਨ ਇਹ ਕਿ ਸਾਨੂੰ ਤੂੰ ਕੰਮ ਨਹੀਂ ਦਿੰਦਾ, ਸਾਨੂੰ ਹਲਕਾ ਫੁਲਕਾ ਜਿਹਾ ਬੰਦਾ ਚਾਹੀਦਾ, ਤੇਰੀ ਦਿਹਾੜੀ ਸਾਨੂੰ ਪੱਲਿਓ ਪੈਂਦੀ। ਉੱਧਰੋਂ ਵੀ ਜਵਾਬ ਹੋ ਗਿਆ। ਉਹ ਹੌਲੀ 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 ਜਿਵੇਂ ਵੀ ਕਿਸੇ ਕੋਲ 100 ਫੜਾ ਕੇ ਇਸ ਤਰ੍ਹਾਂ ਮੇਰੀਆਂ ਦੋਸਤਾਂ ਕੋਲ ਉਧਾਰ ਫੜ ਫੜ ਕੇ ਮੈਂ ਵਕਤ ਗੁਜ਼ਾਰਦਾ ਰਿਹਾ ਲੇਕਿਨ ਕਿੰਨੀ ਕੁ ਦੇਰ। ਹਰ ਬੰਦਾ ਆਪਣੇ ਆਪਣੇ ਘਰ 'ਚ ਮਜਬੂਰ ਹੈ, ਪਰੇਸ਼ਾਨ, ਰੋਜ਼ ਰੋਜ਼ ਉਧਾਰ ਕੋਈ ਵੀ ਨਹੀਂ ਦਿੰਦਾ। ਇੱਕ ਦਿਨ ਮੇਰੀ ਜ਼ਿੰਦਗੀ 'ਚ ਐਸਾ ਆ ਗਿਆ, ਮੁਹਰਮਾ ਦਾ ਮਹੀਨਾ ਖਤਮ ਹੋ ਗਿਆ, ਸਫ਼ਰ ਦਾ ਮਹੀਨਾ ਵੀ ਐਂਡ ਹੋ ਗਿਆ, ਜਿੱਥੋਂ ਮੈਂ ਭਾਈ ਹਰਾਂ ਨਾਲ ਜਿੱਥੋਂ ਅੱਲਾਹ ਤਾਲਾ ਨੇ ਕਰੋੜ ਸ਼ੁਕਰ ਕਿ ਮੇਰੀ ਡੋਰ ਕੁੰਡੀ ਇੱਥੇ ਫਿੱਟ ਕਰਾਉਣੀ ਸੀ। 22-20 ਸਫ਼ਰ ਵਾਲੇ ਦਿਨ ਮੈਂ ਆਪਣੇ ਘਰੋਂ ਨਿਕਲਿਆ ਵਾਂ, ਸੁਬਾਹ ਸੁਬਾਹ ਅੱਕਿਆ ਹੋਇਆ, ਫੁੱਲ ਬੜਾ ਫੁੱਲ ਅੱਕਿਆ ਹੋਇਆ। 3 ਮੇਰੇ ਬੱਚੇ ਨੇ, ਇੱਕ ਮੇਰੀ ਬੱਚੀ, 2 ਮੇਰੇ ਬੱਚੇ। ਬੱਚੀ ਨੂੰ ਪੜ੍ਹਾ ਕੇ ਯਾਨੀ ਕਿ 10 ਜਮਾਤਾਂ ਕਰਾ ਕੇ ਜੋ ਵੀ ਆਪਦੀ ਔਕਾਤ ਦੇ ਮੁਤਾਬਕ ਪੜ੍ਹਾ ਕੇ ਉਹਨੂੰ ਹਟਾ ਤਾ, ਘਰੇ ਭਾਤ ਤਾ, ਕੁਰਾਨ ਪਾਕ ਦੀਨੀ ਦੁਨਿਆਵੀ ਦੋਵੇਂ ਤਲੀਮਾਂ ਦੇ ਦਿੱਤੀਆਂ। ਬੱਚੇ ਹਾਲੇ ਛੋਟੇ ਸੀ, ਉਹ ਹੁਣ ਸਕੂਲ ਜਾਣ ਲੱਗੇ ਅਤੇ ਮੈਂ ਘਰੋਂ ਨਿਕਲਣ ਲੱਗਾ। ਉਹ ਰੋਜ਼ ਮੈਨੂੰ ਵੇਖਦੇ ਸੀ, ਕਹਿੰਦੇ ਅਬੂ ਤੂੰ ਕੀ ਗੱਲ, ਨਾਸ਼ਤਾ ਜਾਂ ਸਾਡੇ ਤੋਂ ਪਹਿਲਾਂ ਕਰ ਲੈਣਾ ਜਾਂ ਬਾਅਦ 'ਚ ਕਰ ਲੈਣਾ। ਉਹਨਾਂ ਨੂੰ ਪਤਾ ਨਹੀਂ ਸੀ ਕਿ ਮੈਂ ਨਾਸ਼ਤਾ ਕਰਦਾ ਨਹੀਂ ਸੀ। ਐਵੇਂ ਮੈਂ ਕਿਸੇ ਬੇਲੀ ਕੋਲ ਜਾ ਕੇ ਬਹਿ ਜਾਣਾ ਵੀ ਯਾਰ ਜਿਹੜੇ ਘਰੇ ਘੁੱਟ ਦੁੱਧ ਦੇਗਾ ਨਾ ਇਹ ਬਾਲ ਚਾਹ ਪੀ ਲੈਣਗੇ, ਮੈਂ ਤਾਂ ਕਿਸੇ ਬੇਲੀ ਕੋਲ ਜਾ ਕੇ ਬਹਿ ਜਾਵਾਂਗਾ, ਕੋਈ ਨਾ ਕੋਈ ਚਾਹ ਹੀ ਪਿਆ ਦੇਗਾ ਅਤੇ ਚਲੋ ਇੰਜ ਮੈਂ ਆਪਦਾ ਗੁਜ਼ਾਰਾ ਚਾਹ ਚੂਹ ਪੀ ਕੇ ਕਰ ਲਵਾਂਗਾ। ਇਹ ਮੇਰੀ ਜ਼ਿੰਦਗੀ ਦਾ ਜੈਨਮਨ ਅਤੇ ਹਕੀਕਤ ਹੈ। ਮੈਂ ਨਹੀਂ ਯਾਰ ਮੈਂ ਚਾਹ ਨਾਸ਼ਤਾ ਨਹੀਂ ਕਰਨਾ, ਮੈਨੂੰ ਜਲਦੀ ਅੱਜ
ਉਹ ਕਹਿੰਦੇ ਜੇ ਤੁਸੀਂ ਨਹੀਂ ਕਰਨਾ ਤਾਂ ਅੱਜ ਅਸੀਂ ਵੀ ਨਹੀਂ ਕਰਨਾ। ਮੈਂ ਕੀ ਗੱਲ, ਇਹ ਨਾਸ਼ਤੇ ਜੋਗੀ ਕੋਈ ਸ਼ੈ ਨਹੀਂ ਗਈ ਕਰੇ। ਉਹ ਮੈਂ ਫਿਰ ਬਾਹਰ ਗਿਆ ਚਲਾ, ਉਹ ਮੈਂ ਇੱਕ ਦੋਸਤ ਕੋਲੋਂ ਨਾ ਚੁੱਲ੍ਹਾ ਲਿਆ, ਲੋਹੇ ਦਾ ਲਿਆ ਹੋਇਆ ਸੀ ਅਤੇ ਮੈਂ ਉੱਥੇ ਰੱਖਿਆ ਹੋਇਆ ਸੀ, ਚਿਪਸ ਲਾਉਣ ਦਾ ਪ੍ਰੋਗਰਾਮ ਸੀ ਮੇਰਾ। ਅੱਛਾ। ਉਹ ਮੈਂ ਚੁੱਲ੍ਹਾ ਚੁੱਕਿਆ, 1200 ਰੁਪਏ ਦਾ ਮੈਂ ਚੁੱਲ੍ਹਾ ਲਿਆ ਸੀ। ਉਹ ਮੈਂ ਜਾ ਕੇ ਕਬਾੜੀ ਨੂੰ ਦਿੱਤਾ, ਮੈਂ ਚਾਚਾ ਚੁੱਲ੍ਹਾ ਵੇਚਣਾ। ਉਹਨੇ ਉਹ 400 ਰੁਪਏ ਦਾ ਲਿਆ, ਕਿਉਂਕਿ ਉਹਨੂੰ ਪਤਾ ਲੱਗ ਗਿਆ ਸੀ ਵੀ ਉਹ ਮਜਬੂਰ ਆ, ਚੁੱਲ੍ਹਾ ਨਵਾਂ ਸੀ। ਹਾਲ ਮੈਂ ਇੱਕ ਦਫ਼ਾ ਵੀ ਲੋਕ ਫਾਇਦਾ ਉਠਾਉਂਦੇ ਨੇ, ਹਾਂਜੀ ਇੱਕ ਦਫ਼ਾ ਵੀ ਉਹਨੂੰ ਚਲਾਇਆ ਨਹੀਂ। ਉਹ ਮੈਂ ਜਾ ਕੇ 400 ਦਾ ਚੁੱਲ੍ਹਾ ਦੇ ਕੇ ਉੱਥੋਂ ਜੋ ਕੁਛ ਵੀ ਹੋਇਆ, ਮੈਂ ਭਾਵੇਂ ਕਿਲੋ ਅੱਧਾ ਕਿਲੋ ਆਟਾ ਲਿਆ ਕੇ ਜੋ ਕੁਛ ਵੀ ਬੱਚਿਆਂ ਨੂੰ ਨਾਸ਼ਤਾ ਨੁਸ਼ਤਾ ਕਰਾ ਕੇ ਮੈਂ ਯਾਨੀ ਕਿ ਲੁਕ ਗਿਆ, ਦੇ ਕੇ ਨਾ ਬੱਚਿਆਂ ਨੂੰ, ਮੈਂ ਬੱਚਿਆਂ ਦੀ ਨਜ਼ਰਾਂ ਤੋਂ ਓਝਲ ਹੋ ਗਿਆ, ਲੁਕ ਗਿਆ ਵੀ ਮੈਂ ਭੱਜ ਜਾਵਾਂ। ਮੈਂ ਭਾਜੀ ਜਿੱਧਰ ਜਾਵਾਂ ਉਸ ਟਾਈਮ ਮੈਂ ਕਿ ਹਰ ਦਰਵਾਜ਼ਾ ਮੇਰੇ ਲਈ ਬੰਦ ਹੁੰਦਾ ਰਿਹਾ, ਹਰ ਦਰਵਾਜ਼ਾ। ਮੈਂ ਆਪਦੇ ਅਜ਼ੀਜ਼ ਰਿਸ਼ਤੇਦਾਰਾਂ ਵਾਲੇ ਵੀ ਚਲੇ ਗਿਆ, ਕਿਉਂਕਿ ਉਹ ਅੱਕ ਗਿਆ ਸੀ, ਉਹ ਮੇਰੀ ਰਮਜ਼ ਮੇਰੀ ਆਦਤ ਤੋਂ ਵਾਕਫ ਹੋ ਗਿਆ ਸੀ ਵੀ ਇਹ ਆ ਗਿਆ, ਇਹਨੂੰ ਹੁਣ ਚਾਹ ਪਿਆਉਣੀ ਪੈਣੀ ਜਾਂ ਕੁਛ ਸ਼ੈ ਖਵਾਉਣੀ ਪੈਣੀ, ਇਹਦਾ ਢੇਕ ਚਾਲਾ ਬਣ ਗਿਆ ਬਰੋਜ਼ ਦਾ। ਉਹ ਨਾ ਮੇਰੇ ਤੋਂ ਆ ਕੇ ਕਹਿਣਾ, ਅਸੀਂ ਚਾਰ ਜਾਣਾ ਫਰਜ਼ੰਦ, ਤੂੰ ਬਹਿਣਾ ਤਾਂ ਬਹਿ, ਅਸੀਂ ਤਰ੍ਹਾਂ ਜਾਣਾ ਤਾਲਾ ਲਾਉਣਾ ਬੂਹੇ ਨੂੰ, ਚਾਬੀ ਰੱਖ ਲਾ ਵੀ ਯਾਰ ਮੈਂ ਇਕੱਲਾ ਬਹਿ ਕੇ ਕੀ ਕਰਾਂਗਾ। ਯਾਨੀ ਕਿ ਮੈਂ ਆਪਦੇ ਬੱਚਿਆਂ ਤੋਂ ਲੁਕਣ ਦੀ ਖਾਤਰ ਇੰਨੇ ਵੀ ਕਰਦਾ ਰਿਹਾ। ਉਸ ਦਿਨ ਮੈਂ ਜਦੋਂ ਗਿਆ ਨਾ, ਮੈਂ ਹੁਣ ਬੱਚਿਆਂ ਤੋਂ ਲੁਕ ਜਾਵਾਂ ਯਾਰ, ਮੇਰੇ ਕੋਲ ਹੁਣ ਤਾਂ ਚੁੱਲ੍ਹਾ ਆ ਗਿਆ ਸੀ, ਆਖਰੀ ਉਹ ਵੀ ਵੇਚ ਦਿੱਤਾ, ਹੁਣ ਮੈਂ ਕੀ ਕਰਾਂਗਾ। ਬਹਰਹਾਲ ਮੈਂ ਨਾਸ਼ਤਾ ਕਰਾ ਕੇ ਬੱਚੇ ਸਕੂਲ ਤੌਰ 'ਤੇ ਆ ਮੈਂ ਚਲੇ ਗਿਆ ਕਿਸੇ ਪਾਸੇ। ਰਾਤ ਨੂੰ ਮੈਂ ਆਪਦੇ ਘਰ ਦੇ ਆਲੇ ਦੁਆਲੇ ਚੱਕਰ ਕੱਢਦਾ ਰਿਹਾ, ਘਰੇ ਨਹੀਂ ਮੈਂ ਡਰਦਾ। 8 ਵਜੇ ਤੋਂ ਲੈ ਕੇ 11 ਵਜੇ ਤੀਕਰ ਰਾਤ ਦੇ ਮੈਂ ਚੱਕਰ ਕੱਢਣ ਲੱਗ ਪਿਆ। ਅਖੀਰ ਪਹਿਰੇਦਾਰ ਸੀ ਨਾ ਜਿਹੜਾ, ਉਹ ਕਹਿੰਦਾ ਵੀ ਬੋਸ ਕੀ ਰੌਲਾ, ਤੂੰ ਕੋਈ ਕੰਮ ਪਾਉਣਾ, ਤੈਨੂੰ ਮੈਂ ਕਾਫੀ ਦੇਰ ਦਾ ਇੱਥੇ ਵੇਖਣ ਡਿਆ। ਮੈਂ ਨਹੀਂ ਯਾਰ ਪਾ, ਮੈਂ ਵੈਸੇ ਵੀ ਬੈਠਾ ਹੋਇਆ ਫਿਰ। ਅਤੇ ਕਹਿੰਦੇ ਕੋਈ ਤਬੀਅਤ ਖਰਾਬ ਆ ਕਿ ਵੈਸੇ ਕੋਈ ਮਸਲਾ, ਤੂੰ ਇੰਜ ਲਗਾ ਫਿਰਨਾ। ਨਹੀਂ ਨਹੀਂ ਕੋਈ ਮਸਲਾ ਨਹੀਂ। ਪਰ ਉਦੋਂ ਟਾਲ ਮਟੋਲਾ ਕਰਕੇ ਜਦੋਂ ਮੈਂ ਵੀ ਥੱਕ ਕੰਮ ਕੇ ਨਾ ਅਖੀਰ ਘਰ ਦਾ ਬੂਹਾ ਖੜਕਾ ਕੇ ਨਾ, 11 ਵਜ ਕੇ ਤੇ 10 ਮਿੰਟ ਹੋਏ ਸੀ, ਮੈਨੂੰ ਵਕਤ ਨਹੀਂ ਭੁੱਲਣਾ, ਅੱਲਾਹ ਤਾਲਾ ਕਿਸੇ 'ਤੇ ਨਾ ਲਿਆਵੇ। 11 ਵਜ ਕੇ 10 ਮਿੰਟ ਹੋਏ, ਮੈਂ ਤਾਂ ਬੂਹਾ ਖੜਕਾ ਕੇ ਨਾ ਅੰਦਰ ਵੜ ਗਿਆ। ਹੁਣ ਬੱਚੇ ਮੇਰੇ ਮੈਂ ਵੇਖਿਆ ਕਿ ਵੀ ਸੁੱਤੇ ਹੋਏ ਨੇ, ਲੇਕਿਨ ਉਹ ਸੁੱਤੇ ਨਹੀਂ ਸੀ, ਹੋਏ ਜਾਗ ਰਿਹਾ ਸੀ। ਮੇਰੀ ਘਰ ਦੀ ਨੇ ਬੂਹਾ ਖੋਲ੍ਹਿਆ, ਮੈਂ ਹਾਂ ਬੱਚੇ, ਕਹਿੰਦੀ ਹਾਲੇ ਜੀਂਦੇ ਨੇ। ਮੈਂ ਕਹਿੰਦਾ ਕੀ ਮਤਲਬ, ਕਹਿੰਦੀ ਇਹਦਾ ਮਤਲਬ ਇਹ ਕਿ ਤੂੰ ਮਾਰ ਕੇ ਸੁੱਟਿਆ। ਜ਼ਰੂਰੀ ਨਹੀਂ ਵੀ ਕਿ ਗਲਾ ਘੁੱਟਣਾ ਜਾਂ ਕੋਈ ਸ਼ੈ ਖਵਾਉਣੀ ਜਾਂ ਉਹਨੂੰ ਮਾਰ ਕੇ ਮਾਰਨਾ, ਇਹ ਤੂੰ ਵੈਸੇ ਹੀ ਜਿਹੜੀ ਹੋਰ ਤਰੀਕੇ ਦੀ ਮਾਰ ਦੇਣ ਡਿਆ ਨਾ, ਇਹਦੇ ਨਾਲ ਵੀ ਬੱਚੇ ਮਾਰਨ ਵਾਲਾ ਹਿਸਾਬ ਹੋਣ ਡਿਆ ਸਾਡੇ ਨਾਲ। ਮੈਂ ਹੋਇਆ ਕੀ, ਕਹਿੰਦੀ ਸਵੇਰ ਦਾ ਜਿਹੜਾ ਤੂੰ 300-400 ਦਾ ਸੌਦਾ ਲਿਆ ਕੇ ਦਿੱਤਾ ਸੀ ਨਾ, ਉਹ ਹੀ ਖਾਧਾ ਹੋਇਆ, ਕਿਸੇ ਘਰੇ ਨਹੀਂ, ਮਤਲਬ ਕੋਈ ਸ਼ੈ ਨਹੀਂ ਇਹਨਾਂ ਨੇ ਖਾਧੀ। 11 ਵਜ ਕੇ ਅਤੇ 15 ਮਿੰਟ ਹੋ ਗਿਆ ਸਾਡੀ, 20 ਮਿੰਟ ਹੋ ਗਿਆ ਬਹਿਸ ਚੱਲਣ ਦੀ। ਮੈਂ ਕੋਲ ਮੇਰੇ ਅਜ਼ੀਜ਼ ਰਿਸ਼ਤੇਦਾਰ ਵੀ ਰਹਿੰਦੇ ਨੇ ਉਸ ਗਲੀ 'ਚ, ਉਹਨੇ ਕਿਹਾ ਅੱਜ ਕੰਮ ਇੱਕ ਇੰਜ ਹੋਇਆ ਵਾ ਕਿ ਦੁਪਹਿਰੇ ਬੱਚਾ ਗਿਆ ਉਹਨਾਂ ਨੂੰ ਘਰੇ ਵੀ ਸਾਨੂੰ ਥੋੜ੍ਹਾ ਜਿਹਾ ਸਾਲਨ ਦੇ ਦਿਓ, 2 ਰੋਟੀਆਂ ਦਾ ਆਟਾ ਹੈਗਾ, ਅਸੀਂ ਜਾਣਾ ਸਪਾਰਾ ਪੜਨ ਦੁਬਾਰਾ। ਉਹ ਗਏ, ਉਹ ਕਹਿੰਦੇ ਜੀ ਸਾਲਨ ਨਹੀਂ ਹੈਗਾ। ਉਸ ਟਾਈਮ ਉਹ ਵਕਤ ਰਾਤ ਨੂੰ 11:30 ਵਜੇ ਨਾ ਮੈਂ ਬੜਾ ਪਰੇਸ਼ਾਨ ਹੋ ਕੇ ਬੈਠਾ ਹੋਇਆ ਅਤੇ ਮੈਂ ਸਾਹਮਣੇ ਘਰ ਦਾ ਬੂਹਾ ਖੜਕਾਇਆ, ਮੇਰੇ ਦੋਸਤ ਮੁੰਡਾ ਜਾਣਦਾ, ਉਹਨਾਂ ਮੋਬਾਈਲ ਫੜਿਆ। ਲਾਹੌਰ ਮੇਰਾ ਇੱਕ ਦੋਸਤ ਹੈ, ਉਹਦਾ ਨਾਮ ਇਜਾਜ਼ ਹੈ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਉਹਦਾ ਸ਼ੁਕਰੀਆ ਅਦਾ ਨਹੀਂ ਕਰ ਸਕਦਾ, ਕਿਉਂਕਿ ਉਸ ਭਾਈ ਨੇ ਇਸ ਭਾਈ ਨਾਲ ਮੇਰੀ ਤਾਰ ਮਿਲਾਈ। ਇਹ ਮੇਰੀ ਜ਼ਿੰਦਗੀ ਦੇ 2 ਇਜਾਜ਼, ਇੱਕ ਇਜਾਜ਼ ਮੇਰਾ ਮੌਜ਼ਾ,
ਤੇ ਮੇਰੀ ਜ਼ਿੰਦਗੀ 'ਚ ਉਦਣ ਅੱਲਾਹ ਦੀ ਕਸਮੇ ਮੌਜਾ ਹੋ ਗਿਆ। ਮੈਂ ਸੋਚ ਵੀ ਨਹੀਂ ਸਕਦਾ ਸਾ ਕਿ ਐਡੇ ਵੱਡੇ ਪਲੇਟਫਾਰਮ 'ਤੇ ਮੈਨੂੰ ਜਗ੍ਹਾ ਮਿਲ ਜਾਏਗੀ। ਇਹ ਮੇਰੇ ਮਾਲਕ ਨੇ ਕਰਮ ਕੀਤਾ, ਸ਼ੁਕਰ। ਮੈਂ ਜਾਜ ਸਾਹਿਬ ਨੂੰ ਫੋਨ ਕੀਤਾ, ਮੈਂ ਜਾਜ ਸਾਹਿਬ ਇਹ ਮਸਲਾ ਹੈ ਜਿਹੜੇ ਲਾਹੌਰ ਵਾਲੇ ਜਾਜ ਸਾਹਿਬ ਨੇ, ਕਹਿੰਦਾ ਕੀ ਗੱਲ? ਮੈਂ ਯਾਰ ਮੈਂ ਬੜਾ ਪਰੇਸ਼ਾਨ, ਕੰਮ ਸ਼ਾਮ ਨਹੀਂ ਹੈਗਾ, ਬੱਚੇ ਯੇ ਵੋ ਸਾਰੀ ਜਿਹੜੀ ਗੱਲ ਦੱਸੀ। ਉਹਨੇ ਕਿ ਯਾਰ ਤੂੰ ਲਾਹੌਰ ਆਏਗਾ, ਤੇਰੀ ਤਬੀਅਤ ਦਾ ਮੈਨੂੰ ਪਤਾ, ਲਾਹੌਰ ਕੰਮ ਨਹੀਂ ਕਰ ਸਕਦਾ ਕਿਉਂਕਿ ਮੈਂ ਅੱਗੇ ਵੀ ਦੋ ਤਿੰਨ ਦਫਾ ਗਿਆ ਸਾਂ। ਕਹਿੰਦਾ ਤੂੰ ਫਿਰ ਕੀ ਕਰਾਂ ਤੇਰੇ ਲਈ? ਮੈਂ ਪਹਿਲਾਂ ਸਟੇਟ ਡਰਾਮੇ 'ਚ ਵੀ ਕੰਮ ਕਰਦਾ ਰਿਹਾ ਸਰ ਕਾਫੀ ਦੇਰ ਪਹਿਲਾਂ, ਛੱਡ ਛੁੱਟ ਦਿੱਤਾ। ਕਹਿੰਦਾ ਫਿਰ ਇੰਜ ਕਰਨੇ ਆ, ਫਿਰ ਮੇਰਾ ਇੱਕ ਦੋਸਤ ਹੈ ਫੈਸਲਾਬਾਦ, ਉਹਦੇ ਨਾਲ ਤੇਰੀ ਗੱਲ ਕਰਾ ਦਈਏ। ਮੈਂ ਜੀ ਕਿਹੜਾ ਦੋਸਤ ਹੈ ਤੁਹਾਡਾ ਫੈਸਲਾਬਾਦ? ਰਾਣਾ ਜਾਜ ਸਾਹਿਬ। ਜਦੋਂ ਇਹ ਨਾ ਆਇਆ ਤਾਂ ਵਕਤੀ ਤੌਰ 2-3 ਸਕਿੰਟ ਵਾਸਤੇ ਮੈਂ ਚੁੱਪ ਹੋ ਗਿਆ। ਮੈਂ ਕਿਹਾ ਯਾਰ ਰਾਣਾ ਜਾਜ ਸਾਹਿਬ ਮੈਂ ਕੀ ਕਰਾਂਗਾ ਉੱਥੇ ਜਾ ਕੇ, ਕਿਉਂਕਿ ਮੈਂ ਵੀਡੀਓ ਦੇਖਦਾ ਰਿਹਾ ਇਹਨਾਂ ਥਾਂ 'ਤੇ ਦੋਸਤਾਂ ਕੋਲ ਬਹਿ ਕੇ ਵੀ। ਰਾਣਾ ਜਾਜ ਸਾਹਿਬ ਇੱਕ ਵੱਡਾ ਨਾਮ, ਵੱਡੇ ਲੋਕ ਉੱਥੇ ਕੰਮ ਕਰਦੇ ਪਏ ਨੇ, ਮੁਜਾਜ ਸਾਹਿਬ, ਰਾਏ ਸਾਹਿਬ, ਉਦੋਂ ਤਸਲੀਮ ਸਾਹਿਬ ਵੀ। ਜੀ ਜੀ। ਅਤੇ ਫਿਰ ਭਾਈ ਆਪ ਕਿਆ ਬਾਤ ਹੈ, ਨਾਮ ਹੀ ਕਾਫੀ। ਮੈਂ ਕਿਹਾ ਯਾਰ ਮੈਂ ਨਹੀਂ ਇੰਝ ਕਰ ਸਕਦਾ, ਉਹ ਤਾਂ ਇੰਜ਼ਾਮ ਹੋ ਰਿਹਾ। ਉਹਨੇ ਕਿਹਾ ਯਾਰ ਉਹ ਦੱਸਾਂ ਕਿ ਉੱਥੇ ਨਾ ਇੰਝ ਚੱਲਦਾ ਪਿਆ ਇੰਜ਼ਾਮ, ਉਹਨਾਂ ਸ਼ਾਇਦ ਤੇਰੀ ਜ਼ਰੂਰਤ ਪੈ ਜਾਏ, ਮੈਂ ਇੱਕ ਦਫਾ ਗੱਲ ਕਰਨਾ ਵਾ। ਅਤੇ ਲੇਕਿਨ ਇਹ ਕਿ ਫੀਲਡ ਦੇ ਵਿੱਚ ਇੱਦਾਂ ਦੇ ਬੰਦੇ ਨਹੀਂ ਹੁੰਦੇ ਜਿੱਦਾਂ ਦੇ ਰਾਣਾ ਸਾਹਿਬ ਨੇ, ਕਿਉਂਕਿ ਮੈਂ ਜਾਣਦਾ ਵਾ ਉਹਨਾਂ ਨੂੰ। ਉਹ ਕਿਤੇ ਰਾਣਾ ਸਾਹਿਬ ਦੇ ਦੋਸਤ ਆ, ਅਤੇ ਰਾਣਾ ਸਾਹਿਬ ਕੋਲ ਮਿਲ ਕੇ ਗਿਆ ਵੀ ਸੀ ਕਈ ਦਫਾ। ਮੈਂ ਚਲੋ ਠੀਕ ਹੈ ਜੀ, ਉਹਨਾਂ ਰਾਣਾ ਸਾਹਿਬ ਨੂੰ ਕਾਲ ਕੀਤੀ ਵਿੱਚੇ, ਕਾਲ ਮੇਰੇ ਨਾਲ ਕਾਲ ਚੱਲਦੀ ਵੀ ਸੀ। ਫਿਰ ਰਾਣਾ ਸਾਹਿਬ ਨਾਲ ਕਾਲ ਮਿਲਾ ਰਹੀ, ਉਹਨੇ ਕਿਹਾ ਵੀ ਯਾਨੀ ਕਿ ਤੂੰ ਆਪ ਵੀ ਸੁਣ ਲਵੇਂ ਕਿ ਕਿਤੇ ਨੂੰ ਮੇਰੇ ਤੋਂ ਝੂਠ ਨਾ ਲੱਗੇ। ਭਾਈ ਨਾਲ ਕਾਲ ਕੀਤੀ, ਭਾਈ ਨਾਲ ਹੈਲੋ ਆ ਗਈ 11:30 ਵਜੇ ਦਾ ਟਾਈਮ। ਉਹ ਜਦੋਂ ਕਾਲ ਭਾਈ ਨੇ ਹੈਲੋ ਆਈ ਕੀਤੀ, ਉਹ ਗੁਰਜਾਤ ਸਾਹਿਬ ਨੇ ਲਾਹੌਰ ਵਾਲੇ ਨੇ, ਭਾਈ ਨੇ ਕਿਹਾ ਮੇਰਾ ਦੋਸਤ ਪੱਤੂ ਕੀ ਤੋਂ ਹੈ, ਉਹਨੂੰ ਕੰਮ ਦੀ ਜ਼ਰੂਰਤ ਹੈ। ਭਾਈ ਨੇ ਕਿਹਾ ਜੇ ਅਗਰ ਉਹਨੇ ਕੋਈ ਨੈੱਟ 'ਤੇ ਕੋਈ ਵੀਡੀਓ ਕੋਈ ਤਸਵੀਰ, ਉਹਨੇ ਵੀਡੀਓ ਨਹੀਂ ਹੈ ਸਟੇਟ ਡਰਾਮਾ ਹੀ ਕੰਮ ਕਰਦਾ ਰਿਹਾ ਵਾ, ਅਤੇ ਲਿਆਦਾ ਕਿ ਉਹਦਾ ਕੋਈ ਤੁਹਾਨੂੰ ਤਸਵੀਰਾਂ ਇੱਕ ਛੋਟਾ ਜਿਹਾ ਕਲਿੱਪ ਹੈਗਾ ਉਹ ਭੇਜ ਦਿੰਦਾ। ਉਹ ਜਦੋਂ ਰਾਣਾ ਸਾਹਿਬ ਨਾਲ ਗੱਲਬਾਤ ਹੋਣ ਦੀ, ਰਾਣਾ ਸਾਹਿਬ ਨੇ ਕਿਹਾ ਜੀ ਇਸ ਭਾਈ ਦਾ ਕੋਈ ਤਸਵੀਰ ਨੈੱਟ 'ਤੇ ਜਾਂ ਕੋਈ ਵੀਡੀਓ, ਉਹਨੇ ਕਿਹਾ ਜੀ ਕੋਈ ਵੀਡੀਓ ਹੈ ਜਿੱਥੇ ਮੈਂ ਆਈਸਕ੍ਰੀਮ ਦਾ ਕੰਮ ਕਰਦਾ ਸਾਂ, ਉੱਥੇ ਇਸ ਮਜ਼ਾਕ ਨਾਲ ਵੀਡੀਓ ਬਣਾਈ ਸੀ, ਮੇਰੇ ਦੋਸਤ ਨੇ ਉਹ ਵੀਡੀਓ ਬਣਾ ਕੇ ਨੈੱਟ 'ਤੇ ਚੜ੍ਹਾ ਦਿੱਤੀ, ਅਤੇ ਮੈਂ ਆਪਣੇ ਦੋਸਤ ਨੂੰ ਸੈਂਡ ਕਰਾਤੀ। ਉਹੀ ਵੀਡੀਓ ਫਿਰ ਉਹਨੇ ਰਾਣਾ ਸਾਹਿਬ ਨੂੰ ਸੈਂਡ ਕੀਤੀ, ਉਹ ਰਾਣਾ ਸਾਹਿਬ ਨੇ ਓਕੇ ਕਰਾ ਕੇ ਉਹਨੇ ਕਿਹਾ ਜੀ ਤੁਸੀਂ ਜੁਮੇਰਾਤ ਸੀ, ਜੁਮੇਰਾਤ ਦਾ ਟਾਈਮ ਸੀ ਰਾਤ ਨੂੰ, ਉਹਨੇ ਕਿਹਾ ਤੁਸੀਂ ਸੋਮਵਾਰ ਵਾਲੇ ਦਿਨ ਪੀਰ ਵਾਲੇ ਦਿਨ ਦਫ਼ਤਰ ਆ ਜਾਓ। ਅੱਗੋਂ ਹੁਣ ਮੇਰੇ ਕੋਲ ਨਿਜ਼ਾਮ ਉਹ ਜਿਹਾ ਸੀ ਕਿ ਮੈਨੂੰ ਕਿਰਾਇਆ ਕਰਾਇਆ ਵੀ ਕੋਈ ਨਹੀਂ ਸੀ। ਉਹ ਦੋਸਤ ਨੇ ਮੈਨੂੰ ਭੇਜਿਆ, ਉਹਨਾਂ ਕੋਲ ਫਿਕਰ ਹੋ ਜਾ ਜਾ। ਅੱਗੋਂ ਜੀ ਉਹ ਕਰਮ ਵਾਲਾ ਦਿਨ ਚੜ੍ਹ ਗਿਆ, ਅੱਲਾਹ ਤਾਲਾ ਕਿਸਾਨ ਹੈ, ਮੈਂ ਆ ਗਿਆ ਫੈਸਲਾਬਾਦ ਜੀ। ਅੱਗੋਂ ਰਾਣਾ ਸਾਹਿਬ ਨਹੀਂ ਸੀ ਮੌਜੂਦ ਦਫ਼ਤਰ 'ਤੇ, ਫੋਨ 'ਤੇ ਮੇਰੀ ਗੱਲ ਹੋਣ ਡੀ ਸੀ ਜਿੱਥੇ ਸਾਡਾ ਦਫ਼ਤਰ ਹੈ, ਅਸੀਂ ਉੱਥੇ ਚਲੇ ਗਏ। ਮੈਂ ਦਫ਼ਤਰ ਗਿਆ, ਚਲੇ ਸੇਲ ਸਾਹਿਬ ਨੇ ਬੂਹਾ ਖੋਲਿਆ, ਜਿਹੜੇ ਭਾਈ ਅੱਗੇ ਆਏ ਨੇ ਮੇਰੇ ਵੱਲੇ ਵੇਖ ਕੇ ਵਕਤੀ ਤੌਰ ਹੈਰਾਨ ਹੋਏ ਵੀ ਉਹ ਭਾਈ ਕੌਣ ਆ ਗਿਆ। ਮੈਂ ਜੀ ਮੈਨੂੰ ਰਾਣਾ ਸਾਹਿਬ ਨੇ ਬੁਲਾਇਆ ਵਾ, ਪੱਤੋ ਕੀ ਤੋਂ ਮੈਂ ਆ ਕੰਮ ਦੀ ਤਲਾਸ਼ 'ਚ। ਸੇਲ ਸਾਹਿਬ ਗਿਆ, 2 ਮਿੰਟ ਬਾਅਦ ਮੌਸਮ ਸਾਹਿਬ ਆ ਗਏ। ਮੌਸਮ ਸਾਹਿਬ ਨੇ ਫਿਰ ਅੰਦਰ ਬਹਾ ਲਿਆ, ਬਹਾ ਬੂ ਕੇ ਜਿਹੜੀ ਵੀ ਗੱਲਬਾਤ ਕੀਤੀ ਵੀ ਠੀਕ ਹੈ, ਪਾਣੀ ਸ਼ਾਣੀ ਪੁੱਛਿਆ, ਖਾਣਾ ਛਾਣਾ ਪੁੱਛਿਆ। ਉਨੀ ਦੇਰ ਤੱਕ ਭਾਅ ਜੀ ਨਹੀਂ ਸੀ ਹੈਗੇ ਦਫ਼ਤਰ 'ਚ, ਮੈਂ ਹਜ਼ਾਰ ਮੈਨੂੰ ਭੁੱਖ ਲੱਗੀ ਹੈ, ਅਤੇ ਮੌਸਮ ਸਾਹਿਬ ਨੇ ਖਾਣਾ ਮੰਗਵਾ ਲਿਆ। ਅਤੇ ਮੈਂ ਵਾਸ਼ਰੂਮ ਜਾਣਾ, ਅਤੇ ਵਾਸ਼ਰੂਮ ਤੋਂ ਮੈਂ ਫਾਰੂਕ ਬੇਸਣ 'ਤੇ ਹੱਥ ਧੋਣ ਡਿਆ, ਅਤੇ ਕੋਲੋਂ ਭਾਅ ਜੀ ਲੰਘੇ। ਉੱਥੇ ਮੈਂ ਖਲੋਤਾ ਜ਼ਰੂਰ ਸਾਂ, ਮੌਜੂਦੀ ਤੌਰ ਜ਼ਾਹਰੀ ਤੌਰ 'ਤੇ ਮੈਂ ਮੌਜੂਦ ਸਾਂ, ਅੰਦਰੋਂ ਮੈਂ ਮੁੱਕਿਆ ਹੋਇਆ ਸਾਂ।
ਮੈਂ ਕਿਹਾ ਯਾਰ ਮੈਂ ਹੁਣ ਐਡੇ ਵੱਡੇ ਨਿਜ਼ਾਮ ਹੋ ਗਏ, ਮੈਂ ਕੀ ਕਰਾਂਗਾ। ਔਰ ਜਿਹੜੇ ਦੋਸਤ ਨੇ ਮੈਨੂੰ ਭੇਜਿਆ ਸੀ ਭਾਅ ਜੀ ਕੋਲ, ਉਹਨੇ ਇਹ ਕਿਹਾ ਸੀ ਵੀ ਫਰਜ਼ਾਨ ਸਾਹਿਬ ਉੱਥੇ ਜਾ ਕੇ ਸ਼ੋਹਾ ਨਹੀਂ ਬਣਨਾ। ਉਹ ਜੀ ਫਿਰ ਭਾਅ ਜੀ ਆ ਗਏ, ਭਾਅ ਜੀ ਨੇ ਆ ਕੇ ਪੁੱਛਿਆ ਦੱਸਿਆ ਵੀ ਹਾਂਜੀ ਤੁਸੀਂ ਕੰਮ ਕਰ ਲੈਂਦੇ। ਮੈਂ ਨਹੀਂ ਜੀ ਮੈਂ ਪਹਿਲਾਂ ਨਹੀਂ ਕਦੇ ਕੀਤਾ, ਫਸਟ ਟਾਈਮ ਕਰਨਾ। ਅਤੇ ਲਿਹਾਜ਼ਾ ਹੈ ਕਿ ਮੈਨੂੰ ਜਿਹਦੇ ਮੈਂ ਕਨਫਿਊਜ਼ ਹੋਵਾਂਗਾ ਤਾਂ ਮੈਨੂੰ ਥੋੜ੍ਹੀ ਜਿਹੀ ਤੁਸੀਂ ਹੌਸਲਾ ਅਫਜ਼ਾਈ ਕਰਿਓ। ਭਾਅ ਜੀ ਨੇ ਆਖਿਆ ਮੈਨੂੰ ਤੁਹਾਡੇ ਸਾਰੇ ਮਾਮਲਾਤ ਦਾ ਪਤਾ, ਲਿਹਾਜ਼ਾ ਹੈ ਕਿ ਤੁਸੀਂ ਵੀਡੀਓ ਕਰੋ। ਮੁਜਾਜ ਸਾਹਿਬ ਨੂੰ ਮੁਜਾਜ ਸਾਹਿਬ ਨੂੰ ਬੁਲਾ ਗਿਆ, ਚੈੱਕ ਕਰਵਾਇਆ, ਇੱਕ ਦੋ ਗੱਲਾਂ ਕਰਵਾਈਆਂ ਮੁਜਾਜ ਸਾਹਿਬ ਨਾਲ। ਉਹ ਜਿਹਾ ਭਾਅ ਜੀ ਨੇ ਫਿਰ ਫੌਰਨ ਉਹ ਵੀਡੀਓ ਕੀਤਾ। ਉਸ ਵੀਡੀਓ ਦਾ ਟਾਈਟਲ ਆ ਮਜ਼ਾਕ ਕੀ ਵੀ ਕੋਈ ਹੱਦ ਹੋਤੀ ਹੈ। ਹਾਂ, ਰਾਏ ਸਾਹਿਬ, ਮੁਜਾਜ ਸਾਹਿਬ ਅਤੇ ਤੁਹਾਡਾ ਵੀਰ, ਹਾਂ, ਅਤੇ ਭਾਅ ਜੀ ਦੀ ਬੱਬਰ ਸ਼ੇਰ, ਹਾਂ, ਅਸੀਂ ਇਹ ਵੀਡੀਓ ਕੀਤਾ ਜੀ। ਅਤੇ ਉਸ ਤੋਂ ਬਾਅਦ ਫਿਰ ਅੱਲਾ ਨੇ ਕਰਮ ਕੀਤਾ ਤੁਹਾਡੀਆਂ ਦੁਆਵਾਂ ਨਾਲ, ਅੱਲਾ ਸੋਹਣੇ ਦੇ ਕਰਮ ਨਾਲ ਅਤੇ ਭਾਈ ਜੀ ਦੀ ਮਿਹਰਬਾਨੀ ਨਾਲ। ਅੱਜ ਜੋ ਕੁਛ ਵੀ ਤੁਸੀਂ ਵੇਖ ਰਹੇ ਜੀ, ਇਹ ਉਦੋਂ ਦਾ ਨਤੀਜਾ ਹੈ ਉਹਨਾਂ ਦੀਆਂ ਮਿਹਨਤਾਂ ਨਾਲ। ਅਤੇ ਮੈਂ ਤੁਹਾਡੇ ਬਹੁਤ ਹੀ ਜ਼ਿਆਦਾ ਜਿੰਨਾ ਵੀ ਹੋ ਸਕੇ ਉਨਾ ਵੀ ਸ਼ੁਕਰੀਆ, ਮੈਂ ਜਿੰਨਾ ਵੀ ਕਹਾਂ ਨਾ ਲਫਜ਼ੀ ਤੌਰ 'ਤੇ ਗੱਲ ਉਹ ਵੀ ਘੱਟ ਆ, ਜੈਨੂਇਨ ਗੱਲ ਘੱਟ ਆ, ਕਿ ਤੁਹਾਡਾ ਦੇਖਣ ਵਾਲਿਆਂ ਦਾ ਬਹੁਤ ਬਹੁਤ ਸ਼ੁਕਰੀਆ। ਅਗਰ ਤੁਸੀਂ ਹੈ ਹੋ ਤਾਂ ਅਸੀਂ ਹੈ, ਜੇਕਰ ਤੁਸੀਂ ਨਹੀਂ ਤਾਂ ਅਸੀਂ ਭਾਵੇਂ ਇੱਥੇ ਬੜੀ ਵੱਡੀ ਵੀ ਹਾਈਲਾਈਟ ਦੀ ਫਿਲਮ ਬਣਾ ਕੇ ਛੱਡ ਦਈਏ ਤਾਂ ਕੁਛ ਵੀ ਨਹੀਂ। ਇਸ ਤਰ੍ਹਾਂ ਤੁਹਾਡੇ ਨਾਲ ਹੀ ਤੁਹਾਡਾ ਪਿਆਰ ਸਾਡੇ ਲਈ ਸਭ ਕੁਛ, ਕਿਉਂਕਿ ਤੁਸੀਂ ਸਾਡੀ ਫੈਮਲੀ 'ਚ। ਇਸ ਤਰ੍ਹਾਂ ਈਦ ਦਾ ਦਿਨ ਅਸੀਂ ਆਪਦੇ ਭੈਣਾਂ ਭਰਾਵਾਂ ਨੂੰ ਛੱਡ ਕੇ ਕਿ ਇੱਥੇ ਬੈਠੇ, ਕਿਉਂ ਕਿ ਅਸੀਂ ਆਪਦੀ ਫੈਮਲੀ ਨਾਲ ਗੱਲ ਸ਼ੇਅਰ ਕਰੀਏ, ਆਪਦਾ ਸਾਰਾ ਜਿਹੜਾ ਸਿਸਟਮ ਤੁਹਾਡੇ ਨਾਲ ਕਰੀਏ, ਅਸੀਂ ਆਪਦੀਆਂ ਖੁਸ਼ੀਆਂ ਵੀ ਤੁਹਾਡੇ ਨਾਲ ਸ਼ੇਅਰ ਕੀਤੀਆਂ ਵਾ, ਕਿਉਂਕਿ ਤੁਸੀਂ ਸਾਡੇ ਪਿਆਰ, ਤੁਸੀਂ ਜੇ ਸਾਨੂੰ ਪਿਆਰ ਕਰਦੇ ਤਾਂ ਅਸੀਂ ਵੀ ਤੁਹਾਡੇ ਨਾਲ ਪਿਆਰ ਕਰਦੇ। ਬਿਲਕੁਲ ਬਿਲਕੁਲ। ਅਸਲਾਮ ਵਾਲੇਕੁਮ ਜੀ। ਅੱਛਾ, ਇਹ ਦੁਰਮਿੰਦ ਸਾਹਿਬ ਬਸ ਅੱਲਾ ਪਾਕ ਦਾ ਨਿਜ਼ਾਮ ਹੁੰਦਾ, ਉਹ ਅੱਲਾ ਪਾਕ ਨੇ ਬੰਦਿਆਂ ਨੂੰ ਬੰਦਿਆਂ ਨਾਲ ਜੋੜਨਾ ਹੁੰਦਾ ਹੈ ਅਤੇ ਉਹ ਮਾਮਲਾ ਜਿਹੜਾ ਚੱਲਣਾ ਹੁੰਦਾ। ਹੁਣ ਅੱਗੇ ਤੁਸੀਂ ਦੇਖੋ ਕਿ ਜਿੱਦਾਂ ਹੀ ਦੁਰਮਿੰਦ ਸਾਹਿਬ ਇੱਥੇ ਆਏ ਨੇ ਅਤੇ ਉਹ ਮੁਜਾਹਦ ਸਾਹਿਬ ਦੀ ਦੁਰਮਿੰਦ ਸਾਹਿਬ ਦੀ ਦੋਸਤੀ ਹੈ, ਉਹ ਆਪਸ 'ਚ ਫਿਰ ਜਿੱਥੇ ਦੁਰਮਿੰਦ ਸਾਹਿਬ ਨੂੰ ਜਿਹੜੀ ਗੱਲ ਦਾ ਨਹੀਂ ਪਤਾ ਲੱਗਦਾ, ਫਿਰ ਉਹ ਇਹ ਹੈ ਕਿ ਮੁਜਾਹਦ ਸਾਹਿਬ ਉਹਨੂੰ ਰਾਜ ਸਾਹਿਬ ਦੱਸ ਦਸਾ ਕੇ, ਅਤੇ ਉਹ ਤੁਸੀਂ ਦੇਖ ਰਹੇ ਹੋ ਦਿਨ ਬ ਦਿਨ ਨਿਖਾਰ ਆਈ ਜਾ ਰਿਹਾ ਕੰਮ 'ਚ। ਉਹ ਇਨਸ਼ਾਅੱਲਾ ਇਹ ਹੈ ਕਿ ਹੋਰ 6 ਮਹੀਨੇ ਲੱਗਣੇ ਨੇ ਅਤੇ ਫਿਰ ਤੁਹਾਡੇ ਕੋਲ ਦੁਰਮਿੰਦ ਪਛਾਣਿਆ ਨਹੀਂ ਜਾਣਾ, ਇਹ ਉਹੀ ਦੁਰਮਿੰਦ ਹੈ। ਅੱਛਾ, ਇਹੋ ਜਿਹਾ ਬੰਦਾ ਨਾ ਗੱਲ ਚੱਲਦੀ ਦੇ ਵਿੱਚ ਕਮੀਜ਼ ਲਾ ਕੇ ਮੋਢੇ 'ਤੇ ਵੀ ਰੱਖ ਲੈਂਦਾ, ਮੈਨੂੰ ਪਤਾ ਹੁੰਦਾ ਕੈਮਰੇ ਲੱਗੇ। ਸ਼ੁਕਰ ਕਰੋ ਇੱਕ ਕਰੈਕਟਰ ਨਹੀਂ ਹੈਗਾ। ਕਿਹੜਾ? ਚਾਚਾ ਲਾਲ ਟੈਨ। ਓਏ ਹੋਏ ਹੋਏ ਹੋਏ, ਜਦੋਂ ਸੁਣਾ ਰਿਹਾ ਸੀ ਨਾ ਦੁਰਮਿੰਦ ਆਪਣੀ ਕਹਾਣੀ, ਉਹਨੇ ਕਰੀ ਜਾਣਾ। ਸਹੀ ਕਹਿ ਰਹੇ, ਤੂੰ ਇੱਕ ਵੇਲੇ ਤਾਰਕ ਸਾਹਿਬ ਬਣ ਦਿੰਦਾ, ਮੈਂ ਗੱਲ ਕਰਦਾ ਤੇ ਉਹ ਤਾਰਕ ਸਾਹਿਬ ਨੂੰ ਆਪਾਂ ਇੰਜ ਕਰੀਏ ਕਿ ਤਾਰਕ ਸਾਹਿਬ ਕਰ ਲਈਏ ਨਾ ਤੇ ਆਪਾਂ ਬਿਲਕੁਲ ਮਜ਼ੀਦ ਠੀਕ ਹੋ ਜਾਵਾਂਗੇ। ਅੱਛਾ, ਸਕੇਲ ਟੰਗ ਉਧਰ ਆ ਜਿੱਤੇ ਉਹ ਰੱਖਦੇ ਨੇ, ਬੰਦਾ ਨੇੜੇ ਵੀ ਬੈਠਾ ਹੈ। ਆਪਾਂ ਇੰਜ ਕਰੀਏ ਕਿ ਆਪਾਂ ਤਾਰਕ ਸਾਹਿਬ ਨੂੰ ਰੋਲ ਓਲਾ ਦਈਏ। ਆਪਾਂ ਇੰਜ ਕਰੀਏ ਕਿ ਜਿਵੇਂ ਫਿਰ ਨਾ ਤੁਸੀਂ ਕਹਿ ਰਹੇ ਹੋ ਨਾ, ਮੈਂ ਕਹਿੰਦਾ ਵਾਂ ਕਿ 1 ਮਿੰਟ ਨਹੀਂ ਲੱਗਣਾ ਹੈਗਾ। ਸਹੀ ਕਹਿ ਰਹੇ ਹੋ ਦੁਰਮਿੰਦ ਸਾਹਿਬ ਤੁਸੀਂ, ਕਿ ਆਪਣੀ ਨਹੀਂ ਕਿ ਜਦੋਂ ਕੋਈ ਵੇਖਿਆ ਨਾ ਕਿਸੇ ਬੰਦੇ ਨੇ ਉਹਦੇ ਵੱਲ ਵੇਖਿਆ ਗੌਰ ਨਾਲ ਤੇ ਉਹਨੇ ਗੱਲ ਅਗਲੇ ਤੇ ਤਾਰਕ ਸਾਹਿਬ ਸੁਣ ਕੇ ਕਰ ਲਓ। ਸੁਣ ਕੇ ਕਰਨ ਦਾ ਕੀ ਮਤਲਬ ਆ? ਜਦੋਂ ਇਹ ਮੈਨੂੰ ਪਤਾ ਤੇ ਮੈਂ ਕਰ ਦਿੱਤੀ ਹੈ। ਤੁਹਾਨੂੰ ਕੀ, ਤੁਸੀਂ ਅੱਜ ਦੇ ਬੱਚੇ ਹੋ, ਤੁਹਾਨੂੰ ਇਹ ਲਦੇ ਕੁੱਕੜ ਦਾ ਨਹੀਂ ਪਤਾ ਹੈਗਾ। ਅੱਛਾ, ਜਿੱਲੇ ਤਾਰਕ ਸਾਹਿਬ ਨੂੰ ਕਹਿਣਾ ਕਿ ਤਾਰਕ ਸਾਹਿਬ ਮੈਂ ਤੁਹਾਡੇ ਕੋਲ ਬੈਠਾ ਆ ਤੇ ਗੱਲ ਜ਼ਰਾ ਆਰਾਮ ਨਾਲ ਕਰੋ, ਸਹੀ ਕਿ ਮੈਂ ਤੁਹਾਡੇ ਕੋਲ ਹੀ ਬੈਠਾ, ਗੱਲ ਤੇ ਆਰਾਮ ਨਾਲ ਕਰ ਲਓ। ਕੋਲ ਬੈਠਾ ਰਹਿ ਤੂੰ, ਮੈਨੂੰ ਤੇਰਾ ਕਾਦਾ ਭਾਰ ਆ। ਅੱਛਾ ਅੱਛਾ, ਫਿਰ ਉਹਨਾਂ ਦੀ ਸਭ ਤੋਂ ਅੱਛੀ ਗੱਲ ਇਹ ਆ ਕਿ ਉਹ ਇਸ ਗੱਲ ਨੂੰ ਮੰਨਦੇ ਨੇ। ਉਹ ਕਹਿੰਦੇ ਤੂੰ ਪਹਿਲਾ ਬੰਦਾ ਨਹੀਂ ਹੈਗਾ ਜਿਹਨੇ ਮੈਨੂੰ ਮਨਾ ਕੀਤਾ ਹੈ ਉੱਚੀ ਬੋਲਣ ਤੋਂ। ਮੈਨੂੰ ਤਾਂ ਸਾਰੀ ਦੁਨੀਆ ਨੇ ਮਨਾ ਕੀਤਾ ਹੈ। ਮੈਂ ਨਹੀਂ ਤਾਂ ਸਾਡਾ, ਮੈਨੂੰ ਜ਼ਰਾ ਤਰੀਕੇ ਨਾਲ ਇਗਨੋਰ ਕਰਦੇ, ਮਤਲਬ ਉੱਤੇ ਜੋੜ ਦੇ ਉੱਤੇ ਨਾ ਅਕਸਰ ਮੈਂ ਕਹਾਂਗਾ ਤਾਂ ਸਾਹਿਬ ਇੰਜ ਗੱਲ ਕਹਿਣੀ ਹੈ ਤੇ ਆ ਤੂੰ ਤਾਂ ਸਾਹਿਬ ਵਾਲ ਕੇ ਤਾਂ ਗੱਲ ਕਹੀ। ਔਰ ਰਾਜੇ ਸਾਨੂੰ ਸਾਰੀ ਗੱਲ ਦਾ ਪਤਾ, ਤੂੰ ਐਵੇਂ ਨਾ ਵਿੱਚੋਂ ਹੀ ਨਿਕਲ ਕੇ ਤੂੰ ਕੰਮ ਸੁਣਾ ਦਿਆ ਕਰ ਆਪਣਾ।
ਵਿੱਚੋਂ ਨਿਕਲ ਕੇ ਮੈਂ ਕਹੂੰਗਾ ਨਾ ਤਰ ਸਾਹਿਬ ਆਹ ਗੱਲ ਇੰਜ ਕਰਕੇ ਕਹਿਣੀ ਆ, ਅਤੇ ਉਹ ਹੋਰ ਤਰੀਕੇ ਨਾਲ ਕਹਿੰਦਾ, ਮੈਂ ਕਹਾਂਗਾ ਅੱਛਾ ਠੀਕ ਆ ਇਹ ਉਂਝ ਕਹੋ ਜਿੱਦਾਂ ਮੈਂ ਕੀ, ਅਤੇ ਹੁਣ ਨਾ ਮੈਨੂੰ ਉਹ ਜੇ ਡਾਂਟ ਲੱਗੇ ਤਾਂ ਪਤਾ ਕੀ ਕਰਨਗੇ, ਚਲੋ ਇੰਝ ਕਰ ਲੈਂਦੇ ਨਹੀਂ ਉਹ ਵੀਡੀਓ ਨਹੀਂ ਕੀਤਾ ਜਿਹ ਭਾਜੀ ਨੇ ਕਿਹਾ ਅੱਬਾ ਤੂੰ ਬਾਹਰ ਨਾ ਜਾਇਆ ਕਰ ਮੇਰਾ ਤੇਰੇ ਤੋਂ ਬਗੈਰ ਦਿਲ ਨਹੀਂ ਲੱਗਦਾ, ਓਏ ਅੱਛਾ ਅੱਧਾ ਤਾਂ ਸਾਨੂੰ ਆਦਤ ਆ ਜੁਮਲੇ ਤੋਂ ਪਹਿਲੇ ਨਾ ਉਹਨਾਂ ਦਾ ਕੋਈ ਜੁਮਲਾ ਵੀ ਤੁਸੀਂ ਨੋਟ ਕਰਨਾ, ਅੱਜ ਮੈਂ ਤੁਹਾਨੂੰ ਦੇਖੋ ਟੈਕਨੀਕਲ ਪੁਆਇੰਟ 'ਤੇ ਗੱਲ ਕਰਨ ਲੱਗਾ, ਤੁਸੀਂ ਨੋਟ ਕਰਨਾ ਉਹਨਾਂ ਦੇ ਜਿੰਨੇ ਵੀਡੀਓ, ਉਹਨਾਂ ਦਾ ਜੁਮਲਾ ਬਗੈਰ ਓਏ ਤੋਂ ਨਹੀਂ ਹੁੰਦਾ, ਹਾਂ ਮਤਲਬ ਕੋਈ ਲਫ਼ਜ਼ ਵੀ ਦੇ ਦਿਓ ਨਾ, ਮੈਂ ਕਹਾਂ ਨਾ ਤਾਂ ਸਰ ਤੁਸੀਂ ਕਹੋ ਕਿ ਵੀ ਯਾਰ ਤੂੰ ਘਰੋਂ ਚੱਲਾਂ ਮੈਂ ਇਕੱਲਾ ਵਾਂ, ਅਤੇ ਉਹਨਾਂ ਪਤਾ ਕਹਿਣਾ ਓਏ ਯਾਰ ਤੂੰ ਘਰੋਂ ਚੱਲਾਂ ਮੈਂ ਇਕੱਲਾ, ਮਤਲਬ ਓਏ ਉਹਨਾਂ ਦਾ ਫੇਲੇ ਰੱਖਿਆ ਨਹੀਂ, ਹੁਣ ਤੁਸੀਂ ਕਹਿਣਾ ਕਿ ਤਰਕ ਸਾਹਿਬ ਇੱਥੇ ਤੁਹਾਡਾ ਫਿਕਰਾ ਕੋਈ ਨਹੀਂ ਚਾਹੀਦਾ, ਸਾਇਲੈਂਟ ਹੋ ਤੁਸੀਂ, ਓਏ ਓਏ ਐਡ ਤਰ੍ਹਾਂ ਬੂ ਕਰਕੇ ਮੈਂ ਕਹਿੰਦਾ। ਅੱਛਾ ਤਰਕ ਸਾਹਿਬ ਤੁਸੀਂ ਨਾ ਇੱਦਾਂ ਕਰੋ ਕਿ ਇੱਥੇ ਨਾ ਇਹ ਮੁਜਾਹਦ ਸਾਹਿਬ ਨੇ ਗੱਲ ਕਰਨੀ ਹੈ, ਹਾਂਜੀ ਤੁਸੀਂ ਸਾਇਲੈਂਟ ਰਹੋ ਬਸ, ਤੁਸੀਂ ਕੋਈ ਗੱਲ ਨਹੀਂ ਕਰਨੀ। ਅੱਛਾ ਮੈਂ ਸਾਇਲੈਂਟ? ਹਾਂਜੀ ਹਾਂਜੀ ਹੱਥ ਕਰੋ ਕੋਈ ਨਹੀਂ, ਤੁਸੀਂ ਹੁਣ ਕੋਈ ਗੱਲ ਕਰਨੀ ਹੈ। ਹਾਂ ਅੱਛਾ ਉਹ ਯਾਰ ਤੂੰ ਕਹਿ ਨੂੰ ਚੱਲਾਂ ਯਾਰ ਮੇਰੀ ਗੱਲ ਤੇ ਸੁਣ, ਜੇ ਆਵਾਜ਼ ਬੰਦ ਕਰਾਈ ਆ ਤੇ ਉਧਰੋਂ ਬੋਲੀ ਜਾ ਰਿਹਾ। ਅੱਛਾ ਦੋ ਚੀਜ਼ਾਂ ਜਿਹਨਾਂ ਦਾ ਮੈਂ ਬੜਾ ਮਜ਼ਾ ਲੈਣਾ, ਤਾਂ ਸਾਹਿਬ ਨੂੰ ਕਹਿੰਦੇ ਤਾਂ ਸਾਹਿਬ ਇਹ ਤੁਹਾਡੀ ਗੱਲ ਹੋ ਗਈ ਆ, ਤੇ ਰਾਜ ਸਾਹਿਬ ਕਹਿਣਗੇ ਹੁਣ ਇਹਦਾ ਐਕਸਪ੍ਰੈਸ਼ਨ ਲਵੋ ਜੀ। ਹਾਂ ਹੁਣ ਤਾਂ ਸਾਹਿਬ ਨੂੰ ਤਾਂ ਸਾਹਿਬ ਬੜੀ, ਤਾਂ ਮੈਂ ਤੁਹਾਨੂੰ ਕਹਿਣ ਲੱਗਾ ਤਾਂ ਸਾਹਿਬ ਤੁਸੀਂ ਨੇ ਇਸ ਗੱਲ ਦਾ ਐਕਸਪ੍ਰੈਸ਼ਨ ਦੇਣਾ ਅਤੇ ਵਿੱਚ ਸਮਾਈਲ ਕਰਨੀ ਹੈ, ਮਤਲਬ ਸਾਇਲੈਂਟ ਹੋਣ ਦਾ ਯਾਰ ਤਿਆਰ ਆ 24 ਘੰਟੇ, ਉਹਨੂੰ ਕਹਿ ਦਿਓ ਨਾ ਤੁਸੀਂ ਸੇਠ ਬਣਾਇਆ ਤੇ ਉਹਨੂੰ ਕਹਿ ਦਿਓ ਆ ਸੇਠ ਬਣਿਆ। ਹਾਂ ਇੱਕ ਨਾ ਆਪਾਂ ਤੇ ਫੌਰੀ ਕਹਿ ਦਿਓਗੇ ਤਰਕ ਸਾਹਿਬ ਪੰਪ ਠੀਕ ਕਰਨਾ, ਕਿਉਂ ਜ਼ਰਾ ਕਿ ਤਰਕ ਸਾਹਿਬ ਆ ਸੇਠ ਬੈਠਾ। ਹਾਂ ਤਰਕ ਸਾਹਿਬ ਤੁਸੀਂ ਪੰਪ ਠੀਕ ਕਰਨਾ ਜੀ, ਇਹ ਕਿਹੜੀ ਗੱਲ ਹੈ ਹੁਣ ਹੀ ਕਰ ਦਿੰਦੇ ਆ ਯਾਰ 24 ਘੰਟੇ ਲਾਉਣ ਟਾਰਗੇਟ। ਇੱਕ ਨਾ ਅਸੀਂ ਪਿੰਡ 'ਚ ਸ਼ੂਟ ਕਰਨ ਨੇ ਅਤੇ ਸੀਨ ਚੱਲਣ ਦਿਆ ਰਾਣਾ ਸਾਹਿਬ ਦਾ, ਮਜਾਜ ਸਾਹਿਬ ਦਾ, ਨਾਲ ਇੱਕ ਐਕਟਰ ਹੋਰ ਸੀ ਸਾਡਾ, ਉਹਦਾ ਤਾਰਾ ਸਾਹਿਬ ਦਾ ਸ਼ੋਟ ਨਹੀਂ ਆ ਰਿਹਾ, ਤਾਰਾ ਸਾਹਿਬ ਬੈਠੇ ਜ਼ਰੂਰ ਲੇਕਿਨ ਉਹਦਾ ਸ਼ੋਟ ਨਹੀਂ ਹੈਗਾ ਵਿੱਚ, ਅਤੇ ਮੈਂ ਤਾਰਾ ਸਾਹਿਬ ਨੂੰ ਕਹਿ ਰਿਹਾ, ਮੈਂ ਕਿਹਾ ਤਾਰਾ ਸਾਹਿਬ ਚਾਹ, ਹਾਂ ਚਾਹ ਪੀ ਰਹੇ ਸੀ ਆਪਾਂ, ਮੈਂ ਕਿਹਾ ਤਾਰਾ ਸਾਹਿਬ ਤੁਸੀਂ ਸਿਪ ਲਾਈ ਜਾਓ ਚਾਹ ਦੇ, ਅਤੇ ਤਾਰਾ ਸਾਹਿਬ ਕਹਿੰਦੇ ਅੱਛਾ ਮੈਂ ਸਿਪ ਲਾਈ ਜਾਵਾਂ, ਮੈਂ ਕਿਹਾ ਹਾਂਜੀ ਤੁਸੀਂ ਸਿਪ ਲਾਈ ਜਾਓ, ਅਤੇ ਰਾਜ ਸਾਹਿਬ ਨੂੰ ਕਹਿੰਦੇ ਰਾਜ ਸਾਹਿਬ ਉਹ ਤਾਂ ਉਹਨਾਂ ਦੇ ਕੈਮਰਾ ਨਹੀਂ ਹੈਗਾ, ਮੈਂ ਕਿਹਾ ਭਾਵੇਂ ਨਹੀਂ ਹੈਗਾ ਤੁਸੀਂ ਸਿਪ ਲਾਈ ਜਾਓ, ਕਹਿੰਦੇ ਓਕੇ ਚਲੋ ਵੀ ਮੈਂ ਸਿਪ ਲਾ ਰਿਹਾ। ਜਦੋਂ ਕਿਤੇ ਹੈ ਨਾ ਹੈਪਰ ਹੋ ਜਾਣਗੇ ਨਾ ਤੇ ਅੱਗੇ ਤੁਸੀਂ ਵੀ ਮੂਡ ਖਰਾਬ ਕਰ ਲਓ, ਤੇ ਫਿਰ ਕਹਿਣਗੇ ਅਰੇ ਲੋਕੋ ਮਜ਼ਾਕ ਵੀ ਨਹੀਂ ਕਰ ਸਕਦੇ। ਉਹ ਮਰ ਗਏ ਬਈ, ਅਸਲ 'ਚ ਉਹਨਾਂ ਨੇ ਪੂਰੀ ਜ਼ਿੰਦਗੀ ਇਸੇ ਫੀਲਡ 'ਚ ਕੱਢੀ ਹੈ ਅਤੇ ਵੱਡੀ ਵੱਡੇ ਲੋਕਾਂ ਨਾਲ ਕੱਢੀ ਹੈ, ਮਤਲਬ ਵੱਡੇ ਵੱਡੇ ਆਰਟਿਸਟਾਂ ਨਾਲ ਉਹਨਾਂ ਨੇ ਮਤਲਬ ਕਿ ਆਪਣੀ ਪੂਰੀ ਜ਼ਿੰਦਗੀ ਗੁਜ਼ਾਰੀ ਹੈ ਅਤੇ ਕੰਮ ਦਾ ਮਤਲਬ ਬਜ਼ੁਰਗ ਆਦਮੀ ਅਤੇ ਉਹ ਇਹ ਹੈ। ਹਾਂ ਮੈਂ ਕਹਿੰਦਾ ਜਿਹੜੀ ਫੌਤਗੀ ਤੇ ਗਿਆ ਨਾ ਕਿਤੇ ਉੱਥੇ ਲੜਾਈ ਨਾ ਹੋ ਪਵੇ, ਕਹਿ ਦਿਆ ਦੀ ਕੋਈ ਬੰਦਾ ਵੈਸੇ ਗੱਲ ਲੱਭੇ ਤਾਰਕ ਸਾਹਿਬ ਤੇ ਅੱਗੋਂ ਕਵੇ ਓਏ ਮੈਂ ਸਵੇਰ ਦਾ ਆਇਆ 40 ਬੰਦੇ ਮੇਰੇ ਗੱਲ ਲੱਗ ਗਏ ਨੇ, ਤੇਰੀ ਕੋਈ ਤੇਰਾ ਲਾਜ਼ਮੀ ਸੀ। ਹੈਲੋ ਜੀ, ਅੱਛਾ ਸ਼ਿਰਾਜ ਸਾਹਿਬ ਆ ਜਾਓ, ਸ਼ਿਰਾਜ ਸਾਹਿਬ, ਸ਼ਿਰਾਜ ਸਾਹਿਬ ਜੀ ਸਾਡੇ ਅਸਿਸਟੈਂਟ ਕੈਮਰਾਮੈਨ ਨੇ ਤੇ ਇਸ ਕੰਮ ਨੂੰ ਸਿੱਖ ਰਹੇ ਨੇ ਮੋਹਸਨ ਸਾਹਿਬ ਤੋਂ ਅਤੇ ਬਾਕੀ ਵੀ ਜਿੰਨੇ ਮਾਮਲਾਤ ਨੇ ਦਫ਼ਤਰ ਦੇ ਉਹਦੇ ਵਿੱਚ ਵੀ ਇਹਨਾਂ ਦਾ ਬੜਾ ਅਹਿਮ ਕਿਰਦਾਰ ਹੈ ਜੀ। ਅਸਲਾਮ ਅਲੈਕੁਮ ਜੀ, ਮੇਰੀ ਤਰਫੋਂ ਮੇਰੀ ਪੂਰੀ ਟੀਮ ਦੀ ਤਰਫੋਂ ਤੁਹਾਨੂੰ ਸਭ ਨੂੰ ਦਿਲ ਈਦ ਮੁਬਾਰਕ। ਮੇਰਾ ਕੰਮ ਜੀ ਮਿਕਸ ਹੀ ਆ, ਮਤਲਬ ਕਿ ਕੈਮਰਾ ਵਗੈਰਾ ਵੀ ਸਿੱਖ ਰਿਹਾ ਵਾਂ
ਉਸ ਤੋਂ ਬਾਅਦ ਜੀ ਪ੍ਰੋਕਸ ਦਾ ਜਿੰਨਾ ਵੀ ਹੁੰਦਾ ਵਾ, ਗੈਟਅਪ ਵਗੈਰਾ ਕਰਨਾ ਹੋਵੇ ਕਿਸੇ ਦਾ, ਕੋਈ ਪ੍ਰੋਕਸ ਦੇ ਵਿੱਚੋਂ ਕੱਪੜੇ ਛੱਪੜੇ ਚਾਹੀਦੇ ਹੋਣ, ਗਲਾਸਿਸ ਵਗੈਰਾ ਕੁਝ ਵੀ ਹੋਵੇ, ਉਹ ਸਭ ਕੁਝ ਜੀ ਮੈਂ ਅਰੇਂਜ ਕਰਕੇ ਦਿੰਦਾ ਇਹਨਾਂ ਨੂੰ, ਅਤੇ ਮਤਲਬ ਕਿ ਸਾਰੀ ਪ੍ਰੋਕਸ ਵਗੈਰਾ ਵੀ ਕਰਵਾਈਦਾ, ਅਤੇ ਬਾਕੀ ਹੁਣ ਮਾਸ਼ਾਅੱਲਾ ਕੰਮ ਸ਼ਾਮ ਕੈਮਰਾ ਵਗੈਰਾ ਵੀ ਸਿੱਖ ਰਹੇ ਮੌਸਮ ਬਾਈ ਦੇ ਕੋਲੋਂ, ਅਤੇ ਮੈਂ ਸਰ ਹੁਣਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਇਸ ਲੈਵਲ 'ਤੇ ਹੁਣ ਮੈਂ ਪਹੁੰਚਿਆ ਵਾਂ, ਅਤੇ ਸਰ ਬਹੁਤ ਸ਼ੁਕਰੀਆ, ਥੈਂਕ ਯੂ ਰਾਜ ਸਾਹਿਬ ਤੁਹਾਡਾ ਵੀ ਬਹੁਤ ਸ਼ੁਕਰੀਆ, ਮਜਾਦ ਸਾਹਿਬ ਤੁਹਾਡਾ ਵੀ, ਦੁਰਮਠ ਸਾਹਿਬ ਤੁਹਾਡਾ ਵੀ, ਮੌਸਮ ਵੀ ਤੁਹਾਡਾ ਵੀ, ਬਹੁਤ ਸ਼ੁਕਰੀਆ। ਲਓ ਜੀ ਬਹੁਤ ਬਹੁਤ ਸ਼ੁਕਰੀਆ, ਈਦ ਇੰਜੋਏ ਕਰੋ, ਮਜ਼ੇ ਲਵੋ ਜ਼ਿੰਦਗੀ ਦੇ, ਅੱਲਾ ਪਾਕ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ, ਅਤੇ ਇਹ ਹੈ ਕਿ ਅਸੀਂ ਇਸ ਤਰ੍ਹਾਂ ਹੀ ਕੋਸ਼ਿਸ਼ ਕਰਦੇ ਰਹਾਂਗੇ ਕਿ ਸਾਡੇ ਕੋਲੋਂ ਸਾਡੇ ਜੁਮਲਿਆਂ ਨਾਲ, ਸਾਡੇ ਵੀਡੀਓ ਨਾਲ ਸਾਡੇ ਬਾਬੇ, ਸਾਡੀਆਂ ਮਾਈਆਂ, ਸਾਡੇ ਭਰਾ, ਸਾਡੀਆਂ ਭੈਣਾਂ, ਸਾਡੀਆਂ ਧੀ ਰਾਣੀਆਂ ਸਾਡੇ ਕੋਲੋਂ ਖੁਸ਼ ਹੁੰਦੇ ਰਹਿਣ। ਬਸ ਮੇਰੀਆਂ ਦੁਆਵਾਂ ਤੁਹਾਡੇ ਵਾਸਤੇ ਨੇ, ਤੁਸੀਂ ਸਾਡੇ ਵਾਸਤੇ ਦੁਆ ਕਰਨਾ ਕਿ ਅੱਲਾ ਪਾਕ ਸਾਡੇ ਕੰਮ 'ਚ ਬਰਕਤ ਪਾਵੇ, ਅੱਲਾ ਪਾਕ ਸਾਨੂੰ ਸਾਡੀ ਆਮਦ ਹਮੇਸ਼ਾ ਅੱਛੀ ਤੋਂ ਅੱਛੀ ਰਹੇ, ਤਾਂ ਕਿ ਅਸੀਂ ਤੁਹਾਨੂੰ ਹਾਸੇ ਇੱਦਾਂ ਹੀ ਜਿਹੜੇ ਆ ਉਹ ਵੰਡਦੇ ਰਹੀਏ। ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਵੈਰੀ ਮੱਚ, ਅੱਲਾ ਪਾਕ ਤੁਹਾਡੇ 'ਤੇ ਹਮੇਸ਼ਾ ਰਹਿਮਤ ਰੱਖੇ, ਜਿਉਂਦੇ ਵਾਸਤੇ ਰਹੋ, ਥੈਂਕ ਯੂ ਜੀ।